ਤੁਸੀਂ ਸੁਣ ਰਹੇ ਹੋ ਰੇਡੀਓ ਚੰਨ ਪਰਦੇਸੀ। ਸ਼ਿਕਾਗੋ ਦਾ 24 ਘੰਟੇ 7 ਦਿਨ ਚੱਲਣ ਵਾਲਾ ਪਹਿਲਾ ਪੰਜਾਬੀ ਰੇਡੀਓ। ਦੋਸਤੋ, ਇਹ ਸੀ ਇੱਕ ਪੈਗਾਮ ਰੇਡੀਓ ਚੰਨ ਪਰਦੇਸੀ ਵੱਲੋਂ। ਆਵਾਜ਼ ਦੀ ਮਾਰਫਤ ਰੇਡੀਓ ਚੰਨ ਪਰਦੇਸੀ ਨਾਲ ਜੁੜੇ ਹੋਏ ਬਹੁਤ ਹੀ ਸਤਿਕਾਰ ਅਤੇ ਦਾਨਸ਼ਵਰ ਦੋਸਤੋ, ਤੁਹਾਡੀ ਖਿਦਮਤ 'ਚ ਸਾਡੇ ਮਸਲੇ ਅਤੇ ਸਾਂਝਾਂ ਦੇ ਪ੍ਰੋਗਰਾਮ ਦੀ ਅਗਲੇਰੀ ਕਿਸ਼ਤ ਲੈ ਕੇ ਹਾਜ਼ਰ ਹੋਇਆ ਹਾਂ। ਮੈਂ ਹਾਂ ਤੁਹਾਡਾ ਮੇਜ਼ਬਾਨ ਗੁਰਬਚਨ ਮਾਨ। ਪ੍ਰੋਗਰਾਮ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ। ਤੁਹਾਨੂੰ ਜਾਣ ਕੇ ਪ੍ਰਸੰਨਤਾ ਹੋਏਗੀ ਕਿ ਮੇਰੇ ਇਸ ਪ੍ਰੋਗਰਾਮ ਦੇ ਖਾਸ ਮਹਿਮਾਨ ਹਨ ਸਰਦਾਰ ਇਕਬਾਲ ਸਿੰਘ ਲਾਲਪੁਰਾ ਸਾਹਿਬ, ਸੇਵਾ ਮੁਕਤ IPS, ਸਾਬਕਾ ਚੇਅਰਮੈਨ ਮਨਾਰਟੀ ਕਮਿਸ਼ਨ, ਸ਼੍ਰੋਮਣੀ ਸਿੱਖ ਸਾਹਿਤਕਾਰ ਦੇ ਤੌਰ ਤੇ ਇਨ੍ਹਾਂ ਦੀ ਨਿਵੇਕਲੀ ਪਛਾਣ ਬਣੀ ਹੋਈ ਹੈ। ਭਾਜਪਾ ਦੇ ਕੌਮੀ ਬੁਲਾਰੇ ਵੀ ਹਨ। ਉਨ੍ਹਾਂ ਕੋਲੋਂ ਅੱਜ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ਾ ਕਿ ਸੱਚਮੁੱਚ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਸਿੱਖ ਭਾਈਚਾਰੇ ਪ੍ਰਤੀ ਸਦਭਾਵਨਾ ਨੂੰ ਪ੍ਰਫੁੱਲਿਤ ਕਰਨ ਦੇ ਇੱਛੁਕ ਹਨ। ਉਨ੍ਹਾਂ ਦੀ ਨਜ਼ਰ ਵਿੱਚ ਕਿਹੜੇ ਐਸੇ ਪਹਿਲੂ ਹਨ ਜਿਨ੍ਹਾਂ ਦੇ ਆਧਾਰ ਤੇ ਮੋਦੀ ਪ੍ਰਸ਼ਾਸਨ ਸਿੱਖ ਭਾਈਚਾਰੇ ਲਈ ਇਸ ਵਿਸ਼ੇਸ਼ ਯੋਗਦਾਨ ਨੂੰ ਮੰਨਦਾ ਹੈ? ਦੋਸਤੋ, ਇਹਦੇ ਨਾਲ ਹੀ ਮੈਂ ਸਰਦਾਰ ਇਕਬਾਲ ਸਿੰਘ ਲਾਲਪੁਰਾ ਜੀ ਅਤੇ ਅਜੋਕੇ ਮੁੱਦਿਆਂ ਦੇ ਉੱਪਰ ਮੁੱਢਲੀ ਜਾਣਕਾਰੀ ਦੇ ਕਾਰਜ ਨੇ ਇੱਥੇ ਹੀ ਸਮੇਟਦਿਆਂ ਹੋਇਆਂ ਉਨ੍ਹਾਂ ਨੂੰ ਅਦਾਰਾ ਚੰਨ ਪਰਦੇਸੀ ਔਰ ਦੇਸ਼ ਵਿਦੇਸ਼ ਦੇ ਬੇਅੰਤ ਸੂਝਵਾਨ ਸਰੋਤਿਆਂ ਵੱਲੋਂ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਦੋਸਤਾਂ ਵੱਲੋਂ ਲਾਲਪੁਰਾ ਸਾਹਿਬ ਜੀ ਨੂੰ ਜੀ ਆਇਆਂ ਨੂੰ ਖੁਸ਼ਾਮਦੀਦ। ਲਾਲਪੁਰਾ ਸਾਹਿਬ ਜੀ, ਤੁਸੀਂ ਰੇਡੀਓ ਚੰਨ ਪਰਦੇਸੀ ਦੇ ਸਰੋਤਾ ਸਮੂਹ ਨੂੰ ਮੁਖਾਤਬ ਹੋ ਜੀ, ਕੀ ਕਹਿਣਾ ਚਾਹੋਗੇ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਨ ਸਾਹਿਬ, ਤੁਸੀਂ ਹੁਕਮ ਕਰੋ। ਬੇਨਤੀ, ਕਿਉਂਕਿ ਤੁਸੀਂ ਤੁਹਾਡਾ ਆਪਣਾ ਐਕਸਪੀਰੀਅੰਸ ਜਿਵੇਂ ਮੈਂ ਹੁਣੇ ਅਰਜ਼ ਕਰਕੇ ਹਟਿਆ, ਔਰ ਦੂਸਰਾ ਇਹ ਹੈ ਕਿ ਤੁਸੀਂ ਨਾ ਕੇਵਲ BJP ਦੇ ਇੱਕ ਸਰਕਾਰ ਦਾ ਮੈਂਬਰ ਹੋ, ਬਲਕਿ ਤੁਹਾਨੂੰ ਇਹਦੇ ਬਾਰੇ ਕਾਫੀ ਗਹਿਰੀ ਜਾਣਕਾਰੀ ਹੈ, ਔਰ ਇਹ ਵੀ ਕਿ ਪ੍ਰਧਾਨ ਮੰਤਰੀ ਜੀ ਨਾਲ ਤੁਹਾਡਾ ਆਪਣਾ ਇੱਕ ਵਿਸ਼ੇਸ਼ ਕਿਸਮ ਦਾ ਸੰਬੰਧ ਹੈ, ਉਹਦੇ ਬਾਰੇ ਵੀ ਕੁਝ ਹੋਰ ਗੱਲਾਂ ਬਾਅਦ ਵਿੱਚ ਵੀ ਆਪਾਂ ਕਰਾਂਗੇ। ਇਹ ਸਾਰੇ ਨੂੰ ਸਮਝਦਿਆਂ ਹੋਇਆਂ ਇੱਕ ਮਹੱਤਵਪੂਰਨ ਪ੍ਰਸ਼ਨ ਲੋਕਾਂ ਦੇ ਮਨ ਵਿੱਚ ਇਸ ਵੇਲੇ ਹੈ, ਜੇ ਤੁਹਾਡੇ ਵੱਲੋਂ ਉਹਦੇ ਤੇ ਕੋਈ ਸਪਸ਼ਟੀਕਰਨ ਆ ਸਕੇ ਕਿ ਕੀ ਸੱਚੀ ਮੁੱਚੀ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਕੁਝ ਐਸੀਆਂ ਮੂਵਮੈਂਟਸ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਲੱਗਦਾ ਹੈ ਕਿ ਮੋਦੀ ਜੀ ਸਿੱਖ ਭਾਈਚਾਰੇ ਲਈ ਆਪਣਾ ਇੱਕ ਖਾਸ ਕਿਸਮ ਦਾ ਵਧੀਆ ਐਟੀਚਿਊਡ ਰੱਖਦੇ ਨੇ, ਲੇਕਿਨ ਉਹਦੇ ਬਾਰੇ ਸ਼ੱਕ ਬੜਾ ਕੀਤਾ ਜਾ ਰਿਹਾ। ਔਰ ਇਸ ਸਿਚੁਏਸ਼ਨ ਵਿੱਚ ਮੈਂ ਚਾਹਾਂਗਾ, ਕਿਉਂਕਿ ਦੇਸ਼ ਵਿਦੇਸ਼ ਦੇ ਸੂਝਵਾਨ ਸਰੋਤੇ ਜੁੜੇ ਹੋਏ ਨੇ, ਸੋ ਤੁਹਾਡੀ ਇਹਦੇ ਪ੍ਰਤੀ ਜਿਹੜੀ ਟਿੱਪਣੀ ਹੈ ਮੇਰਾ ਖਿਆਲ ਸਾਡੇ ਲਈ ਬਹੁਤ ਚੰਗੀ ਹੋਏਗੀ ਇਸ ਗੱਲ ਨੂੰ ਸਮਝਣ ਵਾਸਤੇ। ਜੀ ਲਾਲਪੁਰਾ ਸਾਹਿਬ, ਮਾਨ ਸਾਹਿਬ, ਇਸ ਤਰ੍ਹਾਂ ਹੈ, 10 ਦਿਨ ਪਹਿਲਾਂ ਨਾ ਅਸੀਂ ਸਿੰਘ ਸਾਹਿਬ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਮਿਲੇ ਸੀ। 10-15 ਦਿਨ ਪੁਰਾਣੀ ਗੱਲ ਹੈ। ਮੈਂ ਸੀਗਾ, ਅਮਿਤ ਸ਼ਾਹ ਜੀ ਸੀ, ਸਰਸਾ ਜੀ ਸੀ, ਚਲੋ ਗੱਲਾਂ ਕਰਨੀਆਂ ਸੀ। ਗੱਲਾਂ ਜਦੋਂ ਰੁਟੀਨ ਚ ਕਰੀ ਦੀ ਹੈ ਨਾ, ਉਦੋਂ ਫਾਰਮਲ ਗੱਲਾਂ ਹੋਰ ਹੁੰਦੀਆਂ ਹੈ। ਤੇ ਸਿੰਘ ਸਾਹਿਬ ਨੇ ਇੱਕ ਸਵਾਲ ਉਹਨਾਂ ਨੂੰ ਕੀਤਾ ਕਿ ਆਪ ਕਭੀ ਯਹਾਂ ਆ ਕੇ ਰੁਕੀ ਹੈ? ਤੇ ਅੱਗੇ ਅਮਿਤ ਸ਼ਾਹ ਦਾ ਜਵਾਬ ਸੀ ਉਹਨਾਂ ਦਾ ਕਿ ਮੈਂ ਤਾਂ ਯਹਾਂ 11 ਦਿਨ ਰਹਿ ਕੇ ਗਿਆ ਹਾਂ ਪਹਿਲੇ। ਅੱਛਾ, ਹਾਂਜੀ, ਤੇ ਕਦੋਂ ਰਹਿ ਕੇ ਗਏ ਨੇ? ਜਦੋਂ ਕਾਰ ਸੇਵਾ ਹੁੰਦੀ ਸੀ। ਹੀ ਵਾਜ਼ ਨਾਟ ਏ ਪੋਲੀਟੀਸ਼ੀਅਨ ਐਟ ਦੈਟ ਟਾਈਮ। ਉਹ ਕਾਰ ਸੇਵਾ ਕਰਨ ਲਈ ਗੁਜਰਾਤ ਤੋਂ 11 ਦਿਨ ਸ੍ਰੀ ਦਰਬਾਰ ਸਾਹਿਬ ਰਹਿ ਕੇ ਗਏ। ਇਹ ਕੰਮ ਬਿਨਾਂ ਆਸਥਾ ਵਾਲਾ ਬੰਦਾ ਕਦੇ ਨਹੀਂ ਕਰਦਾ।
ਜਿਹਦੀ ਆਸਥਾ ਨਾ ਹੋਵੇ ਕਿਸੇ ਧਰਮ ਦੇ ਵਿੱਚ। ਦੂਜੀ ਗੱਲ, ਮੋਦੀ ਸਾਹਿਬ ਪਿੱਛੇ 25 ਤਰੀਕ ਸੀ ਦਸੰਬਰ ਦੀ, ਕ੍ਰਿਸਮਸ ਦਾ ਦਿਨ ਸੀ, ਤੁਸੀਂ ਦੱਸੋ ਉਹਨਾਂ ਨੂੰ ਕਿੱਥੇ ਹੋਣਾ ਚਾਹੀਦਾ ਸੀ? ਜਿਹੜੀ ਸਿੱਖ ਕਮਿਊਨਿਟੀ ਹੈ, ਮੈਂ ਮਿਨੋਰਟੀ ਕਮਿਸ਼ਨ ਦਾ ਚੇਅਰਮੈਨ ਰਿਹਾ, ਮੈਨੂੰ ਆਂਕੜੇ ਪਤਾ, ਅਸੀਂ ਵੀ ਆਰ ਦੀ ਥਰਡ ਲਾਰਜੈਸਟ ਮੈਜੋਰਿਟੀ ਮਿਨੋਰਟੀ ਆਫ ਇੰਡੀਆ। ਪਹਿਲੇ ਨੰਬਰ ਤੇ ਇਸਲਾਮ ਦੇ ਧਾਰਮੀ ਹੈ, ਦੋ ਨੰਬਰ ਤੇ ਕ੍ਰਿਸਚਨ ਹੈਗੇ ਆ, ਤਿੰਨ ਨੰਬਰ ਤੇ ਸਿੱਖ ਹੈਗੇ ਆ, ਚਾਰ ਨੰਬਰ ਤੇ ਜੈਨ ਧਰਮ ਨੂੰ ਮੰਨਣ ਵਾਲੇ ਆ, ਪੰਜ ਨੰਬਰ ਤੇ ਬੌਧ ਧਰਮ ਨੂੰ ਮੰਨਣ ਵਾਲੇ ਆ, ਛੇ ਨੰਬਰ ਤੇ ਜੋਰਸਟੀਨੀਅਨ ਜਿਹਨਾਂ ਨੂੰ ਅਸੀਂ ਪਾਰਸੀ ਕਹਿੰਦੇ ਆ, ਉਹ ਹੈਗੇ ਆ। ਤੇ 25 ਤਰੀਕ ਕ੍ਰਿਸਮਸ ਮਨਾਈ ਜਾ ਰਹੀ ਸੀ ਜੀ, ਤੇ ਲੋਕਾਂ ਨੇ, ਲੇਕਿਨ ਮੈਨੂੰ ਉਹਨਾਂ ਨੇ ਭੇਜਿਆ ਕਿ ਤੁਸੀਂ ਕੋਟ ਲਖਪਤ ਜਾਓ। ਅੱਛਾ ਜੀ। ਕੋਟ ਲਖਪਤ ਗੁਜਰਾਤ ਦਾ ਉਹ ਗੁਰਦੁਆਰਾ ਹੈ ਪੁੱਜ ਦੇ ਲਾਗੇ, ਜਿੱਥੇ ਗੁਰੂ ਨਾਨਕ ਜਿੱਥੋਂ ਗਏ ਸੀ ਮੱਕੇ ਨੂੰ ਜੀ, ਉੱਥੇ ਗੁਰੂ ਨਾਨਕ ਸਾਹਿਬ ਦੀਆਂ ਖੜਾਵਾਂ ਵੀ ਪਈਆਂ ਹੋਈਆਂ ਜੀ। ਤੇ ਮੈਸੇਜ ਕੀ ਸੀਗਾ ਕਿ ਉਥੋਂ ਦੀ ਸਿੱਖ ਕਮਿਊਨਿਟੀ ਦੇ ਜਿਹੜੀਆਂ ਸਮੱਸਿਆਵਾਂ ਉਹਨਾਂ ਦਾ ਹੱਲ ਕੀਤਾ ਜਾਵੇ ਬਹਿ ਕੇ। ਫੇਰ ਗੁਰਦੁਆਰਾ ਸਾਹਿਬ ਦੀ ਨਾਲ ਉਸਾਰੀ ਹੋ ਰਹੀ ਹੈ, 10 ਕਰੋੜ ਰੁਪਿਆ ਗੁਰਦੁਆਰਾ ਸਾਹਿਬ ਨੂੰ ਦਿੱਤਾ। ਮੇਰੇ ਤੋਂ ਪਹਿਲਾਂ ਚੀਫ ਮਿਨਿਸਟਰ ਗੁਜਰਾਤ ਉਹ ਵੀ ਉੱਥੇ ਆਏ, ਉਥੋਂ ਦੇ ਸਪੀਕਰ ਸਾਹਿਬ ਆ ਉਹ ਵੀ ਆਏ, ਤੇ ਰਾਜੂ ਨੇ ਉਥੋਂ ਦੇ ਪ੍ਰਧਾਨ ਯੁਵਰਾਜ ਸਿੰਘ, ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਰਾਜੂ ਜੀ ਚੀਫ ਮਿਨਿਸਟਰ ਨੂੰ ਆਪ ਜੀ ਨੇ ਬੁਲਾਇਆ? ਕਹਿੰਦੇ ਨਹੀਂ, ਅਸੀਂ ਤਾਂ ਨਹੀਂ ਬੁਲਾਇਆ। ਅੱਛਾ। ਹੁਣ ਚੀਫ ਮਿਨਿਸਟਰ ਗੁਜਰਾਤ ਗੁਰਦੁਆਰੇ ਲਖਪਤ ਦੇ ਵਿਚ ਹਾਜ਼ਰ ਹੈ ਬਿਨਾਂ ਅਨਇਨਵਾਈਟਿਡ। ਵਾਹ ਵਾਹ। ਤੇ ਕਿਉਂ? ਕਿਉਂਕਿ ਪ੍ਰਧਾਨ ਮੰਤਰੀ ਜੀ ਉਥੋਂ ਸਿੱਧੀ ਗੱਲਬਾਤ ਕਰਨਾ ਚਾਹੁੰਦੇ ਆ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਬਾਰੇ, ਉਹ ਹਰ ਸਾਲ 25 ਤਰੀਕ ਨੂੰ ਮਨਾਉਂਦੇ ਆ, ਤੇ ਨਾਲ ਸਾਹਿਬਜ਼ਾਦਿਆਂ ਦਾ ਜਨਮ, ਉਹਨਾਂ ਨੇ ਉੱਥੇ ਸ਼ਹੀਦੀ ਪੁਰਬ ਦੀ ਗੱਲ ਵੀ ਕਰਨੀ ਜੀ, ਉਹਦੇ ਰਿਕਾਰਡਡ ਹੈਗੀ ਆ। ਜੇ ਕਿਸੇ ਵਿਅਕਤੀ ਨੂੰ ਕੋਈ ਵੀ, ਤੁਸੀਂ ਯੂ ਕੈਨ ਜਸਟ ਕੰਪੇਅਰ, ਆਈ ਵੁੱਡ ਨਾਟ ਸੇ ਐਨੀਥਿੰਗ, ਕਿਸੇ ਧਰਮ ਦੇ ਬਾਰੇ ਮੈਂ ਟਿੱਪਣੀ ਨਹੀਂ ਕਰਨਾ ਚਾਹਾਂਗਾ, ਲੇਕਿਨ ਇੰਨਾ ਹੀ ਸਮਝ ਲਓ ਕਿ ਉਹਨਾਂ ਨੂੰ 2 ਨੰਬਰ ਵਾਲਿਆਂ ਕੋਲ ਹੋਣਾ ਚਾਹੀਦਾ ਸੀ, 3 ਨੰਬਰ ਵਾਲਿਆਂ ਕੋਲ ਹੋਣਾ ਚਾਹੀਦਾ। ਵਾਹ ਵਾਹ, ਬਹੁਤ ਅੱਛੇ, ਬਹੁਤ ਵਧੀਆ ਪੁਆਇੰਟ ਹੈ, ਬਹੁਤ ਅੱਛਾ। ਹਾਂਜੀ ਜੀ। ਤੇ ਉਹ ਉੱਥੇ ਸੀਗੇ, ਔਰ ਇਹ ਰਿਕਾਰਡਡ ਹੈਗਾ ਜੀ, ਕੋਈ ਹਵਾ ਚ ਮੈਂ ਗੱਲ ਨਹੀਂ ਕਰ ਰਿਹਾ, ਮੈਂ ਪੁੱਜ ਸੀ ਉੱਥੇ ਗਿਆ, ਮੈਂ ਜਾ ਕੇ ਉਹਨਾਂ ਨੇ ਜੋ ਸਿੱਖ ਕੌਮ ਦੇ ਜਿੰਨੇ ਨੁਮਾਇੰਦੇ ਉਹਨਾਂ ਨੂੰ ਮੈਂ ਪੁੱਛਿਆ, ਮੈਂ ਕਿਹਾ ਤੁਹਾਡੀ ਇੱਜ਼ਤ ਮਾਣ, ਉਹ ਕਹਿੰਦੇ ਜੀ ਪੰਜਾਬ ਨਾਲੋਂ ਜ਼ਿਆਦਾ ਸਾਡਾ ਸਤਿਕਾਰ ਹੈ ਜੀ। ਤੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਤੋਂ ਆਪਣੇ ਭਾਸ਼ਣ ਦੇ ਵਿਚ ਵੀ ਰਾਜੂ ਸਰਦਾਰ ਜੀ ਦਾ ਨਾਂ ਲੈ ਕੇ ਉੱਥੇ ਉਹਨਾਂ ਨੂੰ ਕਹਿੰਦੇ ਆ, ਤੇ ਨਰਿਆ ਪਿੰਡ ਹੈ, ਲਾਸਟ ਪਿੰਡ ਹੈ ਪਾਕਿਸਤਾਨ ਸਰਹੱਦ ਤੇ ਸਮੁੰਦਰ ਤੋਂ ਪਹਿਲਾਂ, ਜਿੱਥੇ ਉਹਦੇ ਸਰਪੰਚ ਵੀ ਉਹ ਸਰਦਾਰ ਜੀ ਹੈਗੇ ਆ, ਉਹੀ ਗੁਰਦੁਆਰੇ ਦੇ ਪ੍ਰਧਾਨ ਹੈ। ਤੇ ਮੈਂ ਉਹਨਾਂ ਨੂੰ ਵੈਸੇ ਪੁੱਛਿਆ, ਮੈਂ ਕਿਹਾ ਜ਼ਿਮੀਦਾਰਾ ਕਰਦੇ? ਕਹਿੰਦੇ ਹਾਂਜੀ। ਮੈਂ ਕਿਹਾ ਕਿੰਨੀ ਕੁ ਜ਼ਮੀਨ ਹੈ? ਕਹਿੰਦੇ ਜੀ ਮੇਰੇ ਕੋਲ 150 ਏਕੜ ਜ਼ਮੀਨ। ਦੇਖੋ ਇਹ ਤਾਂ ਹੁਣ ਐਕਸ਼ਨ ਸਪੀਕਸ ਲਾਊਡਰ ਦੈਨ ਦੀ ਵਰਡ, ਜਿਹੜੇ ਜੋ ਗੱਲਾਂ ਦੋ ਇਸ ਵੇਲੇ ਤੱਕ ਜੀ 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 ਮਿਨੋਰਟੀ ਕਮਿਸ਼ਨ 1978 ਚ ਬਣਿਆ ਸੀ ਜੀ, ਔਰ ਪਿਛਲੇ 43 ਸਾਲਾਂ ਚ 2 ਸਿੱਖ ਜਿਹੜੇ ਆ ਚੇਅਰਮੈਨ ਰਹੇ ਹਨ ਮਿਨੋਰਟੀ ਕਮਿਸ਼ਨ ਦੇ, 2003 ਚ ਸਰਦਾਰ ਤਰਲੋਚਨ ਸਿੰਘ, ਬਿਲਕੁਲ, ਤੇ ਉਸ ਤੋਂ ਬਾਅਦ ਮੈਂ ਜੀ, ਨਹੀਂ ਤਾਂ ਕਦੇ ਵੀ ਕੋਈ ਸਿੱਖ। 2003 ਚ ਅਟਲ ਬਿਹਾਰੀ ਵਾਜਪਾਈ ਜੀ ਨੇ ਚੇਅਰਮੈਨ ਲਾਇਆ ਸੀ, ਤੇ 2000 ਇਸ ਤੋਂ ਬਾਅਦ ਹੁਣ ਮੈਨੂੰ ਜਿਹੜਾ 2021 ਦੇ ਵਿਚ ਮੋਦੀ ਸਾਹਿਬ ਨੇ ਚੇਅਰਮੈਨ ਲਾਇਆ, ਨਰਿੰਦਰ ਮੋਦੀ ਦੀ ਸਰਕਾਰ ਨੇ ਜੀ। ਹੁਣ ਜਿੰਨੇ ਦਿਨ ਮੈਂ ਰਿਹਾ ਓਨੇ ਦਿਨ ਇਲੈਕਸ਼ਨ ਜਿਹੜੇ ਤੁਹਾਡਾ ਕੜੇ ਦਾ ਮਸਲਾ ਆਇਆ, ਤੇ ਮੈਂ ਆਰਡਰ ਕੀਤੇ ਕਿ ਸਾਰੇ ਕਦੇ ਵੀ ਕਿਸੇ ਵਿਦਿਆਰਥੀ ਦਾ, ਸਿੱਖ ਵਿਦਿਆਰਥੀ ਦਾ ਕੜਾ ਨਾ ਉਤਾਰਿਆ ਜਾਵੇ, ਔਰ ਉਹ ਕੜਾ ਨੀ ਸ੍ਰੀ ਸਾਹਿਬ ਵੀ ਨਾ ਉਤਾਰੀ ਜਾਵੇ, ਨਾ ਹੀ 2 ਘੰਟੇ ਪਹਿਲਾਂ ਬੁਲਾਇਆ ਜਾਵੇ ਜੀ। ਗੁਜਰਾਤ ਦਾ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ, ਔਰ ਹੱਲ ਹੋਇਆ ਕਿਸਾਨਾਂ ਦਾ, ਉਹਨਾਂ ਨੂੰ ਅਸ਼ਿਓਰ ਕੀਤਾ ਗਿਆ ਕਿ ਤੁਹਾਡੇ ਕਿਸਾਨ ਕਿਸੇ ਨੂੰ ਵੀ ਗੁਜਰਾਤ ਚੋਂ ਬਾਹਰ ਨਹੀਂ ਕੱਢਿਆ ਜਾਏ। ਬਹੁਤ ਵੱਡਾ ਕੰਮ ਹੈ, ਬਹੁਤ ਵੱਡਾ ਕੰਮ ਹੈ, ਔਰ ਇੱਕ ਵੇਲੇ ਇਹ ਵੀ ਹੋ ਗਿਆ ਸੀ ਕਿ ਜਿਹੜੀ ਕੋਰਟ ਨੇ ਇੱਕ ਫੈਸਲਾ ਦਿੱਤਾ ਸੀਗਾ, ਉਹਨੂੰ ਚੈਲੰਜ ਕੀਤਾ ਸੀ ਗੁਜਰਾਤ ਦੀ ਸਰਕਾਰ ਨੇ,
ਇਸ ਕਿਸਮ ਦਾ ਜਿਹੜਾ ਐਕਸ਼ਨ ਹੈ ਡੈਫੀਨੇਟਲੀ ਇਟ ਸਪੀਕਸ ਲਾਊਡਰ, ਸੋ ਇਹਦੇ ਚ ਕੋਈ ਸ਼ੱਕ ਨਹੀਂ ਜੀ। ਨਹੀਂ ਮਾਨ ਸਾਹਿਬ, ਜਿਹੜਾ ਕੋਰਟ ਦਾ ਆਰਡਰ ਵੀ ਹੈ ਨਾ, ਉੱਥੇ ਕਈ ਵਾਰੀ ਸਾਡੀ ਇਨਫੋਰਮੇਸ਼ਨ ਅਧੂਰੀ ਹੁੰਦੀ ਹੈ। ਠੀਕ, ਉੱਥੇ ਕੁਛ ਗੁਜਰਾਤ, ਸੋਰੀ, ਕੁਛ ਰਾਜਸਥਾਨ, ਕੁਛ ਹਰਿਆਣਾ, ਕੁਛ ਦੂਜੇ ਸਟੇਟ ਦੇ ਲੋਕਾਂ ਨੇ ਐਗਰੀਕਲਚਰ ਲੈਂਡ ਫਾਰ ਨਾਨ ਐਗਰੀਕਲਚਰ ਪਰਪਸ ਖਰੀਦੀ ਹੈ। ਓਕੇ, ਦੈਟ ਇਜ਼ ਦੀ ਬੋਨ ਆਫ ਕੰਟੈਂਸ਼ਨ। ਓਕੇ, ਠੀਕ ਹੈ, ਠੀਕ ਹੈ। ਉਹਨਾਂ ਉਹ ਸਿੱਖ ਨਹੀਂ ਹੈਗਾ ਉਹਨਾਂ ਚ ਕੋਈ ਵੀ। ਠੀਕ ਹੈ, ਝਗੜਾ ਉਹਨਾਂ ਦਾ ਸੀਗਾ ਜੀ। ਹੁਣ ਤੁਸੀਂ ਦੇਖੋ, ਉਹਨਾਂ ਦੇ ਜਿਹੜਾ ਇੱਕ ਵੱਖਰਾ ਹੈਗਾ, ਉਹਨਾਂ ਨੇ ਅਪੀਲ ਵੀ ਨਹੀਂ ਕੀਤੀ। ਅੱਛਾ ਜੀ, ਅੱਛਾ, ਠੀਕ ਹੈ, ਠੀਕ ਹੈ, ਹਾਂਜੀ। ਕਈ ਵਾਰੀ ਹੁਣ ਇਸੇ ਤਰ੍ਹਾਂ ਸ਼ਿਲੋਂਗ ਦਾ ਸਿੱਖਾਂ ਦਾ ਮਸਲਾ ਸੀ, ਠੀਕ ਹੈ, ਉਹ ਵੀ ਉਹਨਾਂ ਨੂੰ ਜਦੋਂ ਦੇ ਵੀ ਗਏ, ਸਰਕਾਰੀ ਜ਼ਮੀਨ ਹੈ ਉਹਨਾਂ ਦੇ ਨਾਂ ਪਰਸਨਲੀ ਅਲਾਟਰੀ ਹੋਈ। ਉੱਥੋਂ ਦਾ ਜਿਹੜਾ ਰਾਜਾ ਸੀ ਉਹਨੇ ਵੀ ਕੋਈ ਲਿਖਤੀ ਆਰਡਰ ਨਹੀਂ ਜ਼ਮੀਨ ਦੇ ਕੀਤੇ। ਮੈਂ ਵੀ ਉਹਨੂੰ ਲੱਭਦਾ ਰਿਹਾ ਸੀਗਾ, ਤੇ ਸੁਪਰੀਮ ਕੋਰਟ ਦਾ ਆਰਡਰ ਹੈ ਕਿ ਸਰਕਾਰੀ ਜ਼ਮੀਨ ਤੇ ਜਿੰਨਾ ਮਰਜ਼ੀ ਪੁਰਾਣਾ ਨਜਾਇਜ਼ ਕਬਜ਼ਾ ਹੋਵੇ ਰਿਮੂਵ ਕੀਤਾ ਜਾ ਸਕਦਾ। ਲੇਕਿਨ ਫੇਰ ਵੀ ਆਰਡਰ ਹੋਇਆ ਜਿਹੜਾ ਹੋਮ ਮਿਨਿਸਟਰ ਸਾਹਿਬ ਦਾ, ਕਿ ਤੁਸੀਂ ਉਹਨਾਂ ਨੂੰ, ਚੀਫ ਮਿਨਿਸਟਰ ਦਾ ਮੈਂ ਵੀ ਗੱਲ ਕੀਤੀ, ਇਨਵਾਈਟਿੰਗ ਭੇਜਿਆ ਕਿ ਇਹ ਸਿੱਖ ਇੱਥੋਂ ਹਟਾਏ ਨਹੀਂ ਜਾਣਗੇ ਜੀ। They will not be removed from Shillong. Very nice. ਠੀਕ ਹੈ, ਸੋ ਜਿੱਥੇ ਵੀ ਕੋਈ ਮਸਲਾ ਸਿੱਖਾਂ ਦਾ ਹੈਗਾ, ਜਿਵੇਂ ਹੁਣ ਗੁਰਦੁਆਰਾ ਗਿਆਨ ਗੋਦੜੀ ਵਾਲਾ ਮਸਲਾ ਜੀ, ਬਹੁਤ ਲੋਕਾਂ ਨੂੰ ਪਤਾ ਨੀ, ਹਰਿਦੁਆਰ ਮੈਂ ਗਿਆ, ਬੜੇ ਦਿਨਾਂ ਤੋਂ ਮਸਲਾ ਪੈਂਡਿੰਗ ਪਿਆ। ਮਸਲਾ ਕੀ ਹੈਗਾ ਕਿ ਉਹ ਜਿਹੜਾ ਗੁਰਦੁਆਰਾ ਸਾਹਿਬ ਸੀ ਉਹ ਕਿਰਾਏ ਤੇ ਸੀ ਜੀ। ਉਹ ਸਿੱਖ ਜਿਹੜੀ ਹੈ ਨਾ ਸਾਡੀ ਸੋਸਾਇਟੀ, ਕਿਸੇ ਨੇ ਵੀ ਉਹ ਜਗ੍ਹਾ ਨਹੀਂ ਖਰੀਦੀ। ਅੱਛਾ, ਤੇ ਜਦੋਂ ਕਾਂਗਰਸ ਗਵਰਨਮੈਂਟ ਨੇ ਉਹਨੂੰ ਚੌੜਾ ਕੀਤਾ ਤੇ ਮਾਲਕ ਦੁਕਾਨ ਜਿਹੜਾ ਆ ਉਹ ਪੈਸੇ ਲੈ ਕੇ ਘਰ ਚਲਾ ਗਿਆ। ਉਹ ਜਿਹੜਾ ਕਿਰਾਏਦਾਰ ਆ ਉਹ ਕਿੱਥੇ ਜਾਵੇ? ਇਹ ਠੀਕ ਆ, ਮਸਲਾ ਗੱਲ ਉੱਥੇ ਚੱਲ ਪਈ। ਹੁਣ ਉਹ ਦੂਜੀ ਗੱਲ ਇਹ ਹੋਈ, ਮੈਂ ਉੱਥੇ ਗਿਆ, ਉੱਤਰਾਖੰਡ ਦੇ ਚੀਫ ਮਿਨਿਸਟਰ ਨੂੰ ਵੀ ਬੁਲਾਇਆ, ਉਹਨਾਂ ਨੂੰ ਮਿਲਿਆ, ਤਾਮੇ ਜੀ ਨੂੰ, ਉੱਤਰ ਪ੍ਰਦੇਸ਼ ਦੇ ਚੀਫ ਮਿਨਿਸਟਰ ਨੂੰ ਬੁਲਾਇਆ ਕਿ ਤੁਸੀਂ ਭਾਈ ਜੇ ਇਹਨਾਂ ਨੇ ਜ਼ਮੀਨ ਅੰਮ੍ਰਿਤਸਰ ਦੇ ਵਿੱਚ ਵੀ ਪਰਿਕਰਮਾ ਚੌੜੀ ਹੋਈ ਸੀਗੀ, ਉਹਦੇ ਵਿੱਚ ਅਸੀਂ ਕਿਰਾਏਦਾਰ ਨੂੰ ਵੀ ਪੈਸੇ ਦਿੱਤੇ ਸੀ ਤੇ ਮਾਲਕ ਮਕਾਨ ਨੂੰ ਵੀ ਦਿੱਤੇ ਸੀਗੇ, ਤੇ ਮਾਲਕ ਮਕਾਨ ਨੂੰ ਕਿਰਾਏਦਾਰ ਨੂੰ ਵੀ ਜਗ੍ਹਾ ਦਿਓ। ਹਾਂ, ਉਹ ਗੱਲ ਕਹਿੰਦੇ ਫੇਰ ਚੱਲ ਪਈ ਗੱਲ ਕਿ ਗੁਰੂ ਉਹ ਜਿਹੜਾ ਜਿਹਨੂੰ ਅਸੀਂ ਹਰਕੀ ਪੌੜੀ ਅੱਜ ਹੈਗੀ ਹੈ, ਇਹ ਤਾਂ ਇੱਕ ਨਹਿਰ ਹੈ ਬਣੀ ਹੋਈ ਜੀ, ਇਹ ਦਰਿਆ ਹੈ ਹੀ ਨਹੀਂ, ਕਿਉਂਕਿ ਅੰਗਰੇਜ਼ ਨੇ 1850 ਦੇ ਨੇੜੇ ਜਦੋਂ ਗੰਗਾ ਦਾ ਪਾਣੀ ਨਹੀਂ ਸੀ ਆ ਰਿਹਾ ਤੇ ਉਹਨਾਂ ਨੇ ਨਹਿਰ ਕੱਢ ਦਿੱਤੀ ਇਸ ਪਾਸੇ ਜੀ ਪਾਣੀ ਵਾਸਤੇ। ਹੁਣ ਗੁਰੂ ਨਾਨਕ ਸਾਹਿਬ ਕਿੱਥੇ ਗਏ? ਗੰਗਾ ਕਿਨਾਰੇ ਗਏ ਸੀ, ਉਦੋਂ ਨਹਿਰ ਹੈ ਹੀ ਨਹੀਂ ਸੀ। ਉਹਨਾਂ ਲਈ ਵੀ ਕਿਹਾ ਇੱਕ ਵੱਡਾ ਗੁਰਦੁਆਰਾ ਉੱਥੇ ਬਣਾਓ ਜਿਹਦੇ ਲਈ 10 ਹਰ ਐਵਰੀ ਟੈਂਥ ਦੇ ਮੈਨੂੰ ਰਿਪੋਰਟ ਕਰੋ ਐਸ ਚੇਅਰਮੈਨ ਆਫ ਦੀ ਕਮਿਸ਼ਨ ਕਿ ਤੁਸੀਂ ਕੀਤਾ ਕੀ। ਚੀਜ਼ਾਂ ਨੇ ਦੇਖੋ ਮਸਲੇ ਅਸੀਂ ਜਦੋਂ ਕਿਸੇ ਐਜੂਕੇਟ ਕਰਾਂਗੇ, ਠੀਕ ਹੈ, ਬਹੁਤ ਬਹੁਤ ਚੰਗਾ ਮਸਲੇ ਚੁੱਕਾਂਗੇ। ਹੁਣ ਤੁਸੀਂ ਇਹ ਸਾਰਾ ਕੁਛ ਸ਼ੇਅਰ ਕਰਦੇ ਪਏ ਹੋ ਕਿਉਂਕਿ ਇਹਦੇ ਨਾਲ ਬਹੁਤ ਸਾਰੀਆਂ ਗਲਤ ਫਹਿਮੀਆਂ ਜਿਹੜੀਆਂ ਨੇ ਉਹ ਮੇਰਾ ਖਿਆਲ ਹੈ ਜ਼ਰੂਰ ਰਿਮੂਵ ਹੋਣਗੀਆਂ ਜੀ। ਹੁਣ 96 ਟੀਚਰ ਪੰਜਾਬੀ ਦੇ ਇਹਨਾਂ ਨੇ ਹਟਾ ਦਿੱਤੇ, ਦਿੱਲੀ ਗਵਰਨਮੈਂਟ ਨੇ, ਕੇਜਰੀਵਾਲ ਸਰਕਾਰ ਨੇ ਜੀ। ਉਹਨਾਂ ਨੇ ਮੈਨੂੰ ਅਪਰੋਚ ਕੀਤਾ, ਮੈਂ ਉਹ ਕੇਸ ਟੇਕ ਅਪ ਕੀਤਾ ਔਰ ਉਹਨਾਂ ਨੂੰ ਕੰਪੈਲ ਕੀਤਾ ਕਿ ਉਹਨਾਂ ਨੂੰ ਰੀ ਇੰਪਲਾਏ ਕਰੋ। ਵੈਰੀ ਗੁੱਡ। ਹੁਣ ਉਹ 96 ਦੇ 96 ਟੀਚਰ ਜਿਹੜੇ ਆ ਦੁਬਾਰਾ ਪੰਜਾਬੀ ਦੇ ਦਿੱਲੀ ਦੇ ਵਿੱਚ ਰੀ ਇੰਪਲਾਏ ਕਰਾਏ ਆ। ਬਹੁਤ ਅੱਛੇ, ਬਹੁਤ ਅੱਛੇ। ਲਾਲਪੁਰਾ ਸਾਹਿਬ, ਇੱਕ ਹੋਰ ਇਸ਼ੂ ਜਿਹੜਾ ਹੈਗਾ, ਪਿਛਲੇ ਦਿਨਾਂ ਦੇ ਵਿੱਚ ਤਕਰੀਬਨ 37 ਸ਼ਖਸੀਅਤਾਂ ਜਿਨ੍ਹਾਂ ਦੀ ਸਿੱਖ ਧਰਮ ਵਿੱਚ ਆਸਥਾ ਹੈ, ਉਹਨਾਂ ਦਾ ਮਾਣ ਸਨਮਾਨ ਹੈ, ਮੋਦੀ ਜੀ ਨੇ ਉਹਨਾਂ ਨੂੰ ਲੋਕ ਕਲਿਆਣ ਮਾਰਗ ਉੱਪਰ ਬੁਲਾਇਆ ਆਪਣੇ ਰੈਜ਼ੀਡੈਂਸ ਦੇ ਉੱਪਰ, ਔਰ
ਜੋ ਉੱਥੇ ਗੱਲਬਾਤ ਹੋਈ ਇੰਡੀਵਿਜੁਅਲੀ ਹਰ ਇੱਕ ਨਾਲ ਪਿਆਰ ਸਤਿਕਾਰ ਔਰ ਉਸ ਤੋਂ ਬਾਅਦ ਸਰ ਤਰਲੋਚਨ ਸਿੰਘ ਹੋਣਾ ਨੇ ਕਿਸੇ ਮੈਂ ਇੰਟਰਵਿਊ ਦੇ ਵਿੱਚ ਸੁਣਿਆ ਉਹਨਾਂ ਕਿਹਾ ਕਿ ਮੈਨੂੰ ਉਹਨਾਂ ਨੇ ਬੋਲਣ ਦਾ ਵੀ ਮੌਕਾ ਦਿੱਤਾ ਤਕਰੀਬਨ 8-9 ਮਿੰਟ ਇਹ ਸਾਰੀਆਂ ਗੱਲਾਂ ਇਹਦੇ ਵਿੱਚ ਕੀ ਸੀ ਇੱਕ ਸਦਭਾਵਨਾ ਇਸ ਭਾਈਚਾਰੇ ਪ੍ਰਤੀ ਪ੍ਰਫੁੱਲਿਤ ਕਰਨ ਵਾਸਤੇ ਇੱਕ ਯਤਨ ਇੱਕ ਚੰਗਾ ਯਤਨ ਔਰ ਇਹਦੇ ਬਾਰੇ ਵੀ ਮੈਂ ਤੁਹਾਡੀ ਜਿਹੜੀ ਟਿੱਪਣੀ ਹੈਗੀ ਹੈ ਲੈਣਾ ਚਾਹਵਾਂਗਾ ਕਿਉਂਕਿ ਆਪਣੇ ਆਪ ਵਿੱਚ ਇਹ ਵੀ ਇੱਕ ਵੱਡੀ ਗੱਲ ਹੈ ਔਰ ਇਹਨੂੰ ਵੀ ਕਈ ਵਾਰੀ ਮਿਸਇੰਟਰਪ੍ਰੈਟ ਕੀਤਾ ਜਾਂਦਾ ਕੁਝ ਸੈਕਸ਼ਨ ਦੇ ਵਿੱਚ ਜੀ ਇਹ ਤਾਂ ਜੀ ਸ਼ਾਇਦ ਲੋਕਾਂ ਤੋਂ ਵੋਟਾਂ ਬਟੋਰਨ ਵਾਲੀ ਗੱਲ ਹੈ ਸੋ ਮੈਂ ਚਾਹਵਾਂਗਾ ਤੁਹਾਡਾ ਦ੍ਰਿਸ਼ਟੀਕੋਣ ਇਹਦੇ ਬਾਰੇ ਮਾਨਸਾ ਵੇਖਿਆ ਹੈ ਪਹਿਲਾਂ ਤਾਂ ਆਪਾਂ ਆਪਣੇ ਵਿਰੋਧੀ ਪਛਾਣੀਏ ਕੌਣ ਹੈ ਬਿਲਕੁਲ ਤੇ ਜੇ ਸਾਨੂੰ ਮਿੱਤਰ ਦੇ ਵਿਰੋਧੀ ਦੀ ਪਛਾਣ ਨਹੀਂ ਹੋਏਗੀ ਤੇ ਫੇਰ ਅਸੀਂ ਮਿੱਤਰ ਨੂੰ ਵਿਰੋਧੀ ਮੰਨ ਕੇ ਬਹਿ ਜਾਂਗੇ ਤੇ ਫੇਰ ਸਾਡੀ ਸਮਾਜ ਅੱਗੇ ਕਿਵੇਂ ਵਧੇਗਾ ਪਹਿਲਾਂ ਤਾਂ ਇਹ ਮੰਨ ਲਈਏ ਕਿ ਅਸੀਂ ਇੱਕ ਮਾਈਕਰੋਸਕੋਪਿਕ ਮੈਜੋਰਿਟੀ ਹੈ ਇੰਡੀਆ ਚ ਵੀ ਤੇ ਵਿਦੇਸ਼ ਦੇ ਵਿਚ ਵੀ ਠੀਕ ਹੈ ਜਿਹੜੀ ਸਾਡਾ ਕੋਈ ਬਹੁਤ ਵੱਡਾ ਐਗਜ਼ਿਸਟੈਂਸ ਨਹੀਂ ਹੈਗਾ ਜਿਹਦੇ ਨਾਲ ਕੋਈ ਬੰਦਾ ਦੁਸ਼ਮਣੀ ਤੇ ਦੋਸਤੀ ਪਾਏਗਾ ਇਹ ਠੀਕ ਹੈ ਸਹੀ ਹੈ ਗੱਲ ਦੂਜੀ ਗੱਲ ਇਹ ਕਿ ਜਿਹੜਾ ਤੁਹਾਡਾ ਪੰਜਾਬ ਦੇ ਵਿਚ 1948 ਦੇ ਵਿਚ ਅਕਾਲੀ 47 ਤੋਂ ਪਹਿਲਾਂ ਅਕਾਲੀ ਦਲ ਜਿਹੜਾ ਆ ਉਹ ਸੀ ਇਹਦੇ ਨਾਲ ਆਪਣਾ ਕਾਂਗਰਸ ਦੇ ਨਾਲ ਆਫਟਰ 47-48 ਦੇ ਵਿਚ ਅਕਾਲੀ ਦਲ ਤੇ ਕਾਂਗਰਸ ਮਰਜ ਕਰ ਗਏ ਠੀਕ ਹੈ ਦੋਵਾਂ ਨੇ ਇੱਕ ਬਣਾ ਲਿਆ ਮਾਸਟਰ ਤਾਰਾ ਸਿੰਘ ਨੇ ਕਿਹਾ ਮੈਂ ਧਾਰਮਿਕ ਤੌਰ ਤੇ ਜਿੰਦਾ ਰੱਖਣੀ ਹੈ SDPC ਲੇਕਿਨ ਅਕਾਲੀ ਦਲ ਐਜ਼ ਏ ਪੋਲੀਟੀਕਲ ਪਾਰਟੀ ਕਾਂਗਰਸ ਸ਼ਾਮਲ ਹੋ ਗਿਆ ਜੀ 1956 ਦੇ ਵਿਚ ਫੇਰ ਕਾਂਗਰਸ ਸ਼ਾਮਲ ਹੋ ਗਿਆ ਹੁਣ ਜਦੋਂ ਅਸੀਂ ਕੰਸਟੀਟਿਊਸ਼ਨ ਦੀ ਗੱਲ ਕਰਦੇ 1950 ਦੇ ਵਿਚ ਉਦੋਂ ਸਿੱਖ ਨੁਮਾਇੰਦੇ ਤਾਂ ਸੀਗੇ ਅਕਾਲੀ ਦਲ ਤਾਂ ਐਗਜ਼ਿਸਟ ਨਹੀਂ ਸੀ ਕਰਦਾ ਅਕਾਲੀ ਦਲ ਤਾਂ ਕਾਂਗਰਸ ਚ ਜਾ ਬੈਠਾ ਸੀਗਾ ਠੀਕ ਹੈ ਉਸ ਤੋਂ ਬਾਅਦ ਦੱਸੋ ਵੀ ਆਮ ਭਾਰਤੀ ਜਨਤਾ ਪਾਰਟੀ ਨੇ ਜਾਂ ਜਨਸੰਘ 1951 ਚ ਬਣੀ ਹੈ ਤੇ ਉਦੋਂ ਕਿਹੜਾ ਵਿਰੋਧ ਹੋਇਆ ਜਿਹੜਾ ਜਿਹਦੇ ਨਾਲ ਅਸੀਂ ਇੱਕ ਇਹ ਕਰਕੇ ਬਹਿ ਗਈਏ ਕਿ ਸਾਡਾ ਜੀ ਬਹੁਤ ਆਪਸ ਵਿਚ ਲੜਾਈ ਹੈ ਜੇ ਪੰਜਾਬੀ ਸੂਬੇ ਦੇ ਮੋਰਚੇ ਚ ਸਭ ਤੋਂ ਜ਼ਿਆਦਾ ਤਸ਼ੱਦਦ ਉਦੋਂ ਕਾਂਗਰਸ ਸਰਕਾਰ ਨੇ ਕੀਤਾ ਠੀਕ ਮੇਰੇ ਕੋਲ ਇੱਥੇ ਲੋਕ ਹੈਗੇ ਨੇ ਜਿਹੜੇ ਅੱਜ ਵੀ ਗਵਾਹ ਆ ਉਹ ਕਹਿੰਦੇ ਸੀ ਜੀ ਅਸੀਂ ਆਪਣੀ ਮਾਤ ਭਾਸ਼ਾ ਪੰਜਾਬੀ ਲਿਖਾਉਂਦੇ ਸੀ ਤੇ ਉਹ ਜਿਹੜਾ ਉਸ ਵੇਲੇ ਦੇ ਕਰਮਚਾਰੀ ਸੀ ਕਾਂਗਰਸ ਦੇ ਉਹ ਮਟੇ ਕੇ ਉਹਨੂੰ ਹਿੰਦੀ ਲਿਖ ਦਿੰਦੇ ਸੀ ਜੀ ਇਸ ਤਰ੍ਹਾਂ ਹੀ ਹੁਸ਼ਿਆਰਪੁਰ ਦਾ ਅੰਬਾਲੇ ਦਾ ਬਹੁਤ ਵੱਡਾ ਹਿੱਸਾ ਜਿਹੜਾ ਪੰਜਾਬੀ ਸਪੀਕਿੰਗ ਏਰੀਆ ਕੁਰੂਕਸ਼ੇਤਰ ਦਾ ਸਾਰਾ ਕਰਨਾਲ ਤੱਕ ਦਾ ਇਹ ਪੰਜਾਬ ਤੋਂ ਬਾਹਰ ਕੱਢ ਦਿੱਤਾ ਗਿਆ ਹੁਣ ਉਸ ਤੋਂ ਬਾਅਦ ਜਦੋਂ ਪਹਿਲੀ ਸਰਕਾਰ ਬਣੀ ਹੈ 1966 ਦੇ ਵਿਚ 7 ਦੇ ਵਿਚ ਅਕਾਲੀ ਦਲ ਉਦੋਂ ਤੋਂ ਜਨਸੰਘ ਨਾਲ ਸੀਗਾ ਠੀਕ ਹੁਣ ਦੇਖੋ ਅਸੀਂ ਹੁਣ ਜੇ ਕੀ ਬਲਿਊ ਸਟਾਰ ਲਈ BJP ਜ਼ਿੰਮੇਵਾਰ ਹੈ ਕੀ ਦਿੱਲੀ ਦੰਗਿਆਂ ਲਈ BJP ਜ਼ਿੰਮੇਵਾਰ ਹੈ ਕੀ ਕਦੇ ਕਿਸੇ ਨੇ ਮਤਾ ਪਾਸ ਕੀਤਾ ਵੀ ਕਾਂਗਰਸ ਦੇ ਜਿਹੜੇ ਜਾਂ ਗੱਲ ਕੀਤੀ ਆ ਵੀ ਕਾਂਗਰਸ ਦੇ ਵਿਚ ਬੈਠੇ ਸਿੱਖਾਂ ਨੂੰ ਮੂੰਹ ਨਾ ਲਾਇਆ ਜਾਵੇ ਉਹ ਕਿੰਨੇ ਕੁ ਕੌਮ ਭਗਤ ਆ ਜਿਨ੍ਹਾਂ ਨਾਲ ਆਪਾਂ ਗੱਲ ਕਰ ਰਹੇ ਹਾਂ ਇਹ ਠੀਕ ਹੈ ਕਦੇ ਕਿਸੇ ਕਾਂਗਰਸ ਦੇ ਬੰਦੇ ਨੇ ਮਾਫ਼ੀ ਮੰਗੀ ਨਹੀਂ ਜੇ ਕਿਸਾਨੀ ਬਿੱਲ ਵੀ ਆਏ ਹੁਣ ਤਾਂ ਜਗਜਾਹਰ ਹੋ ਗਿਆ ਕਿ ਕਿਸਾਨੀ ਬਿੱਲ ਕਿਸਾਨੀ ਐਜੂਕੇਸ਼ਨ ਕਿਸਾਨੀ ਐਜੂਕੇਸ਼ਨ ਨਹੀਂ ਸੀ ਇਹਦਾ ਪੋਲੀਟੀਕਲ ਐਜੂਕੇਸ਼ਨ ਸੀ ਫੇਰ ਵੀ ਪ੍ਰਧਾਨ ਮੰਤਰੀ ਜੀ ਨੇ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਚੁਣਿਆ ਕਾਨੂੰਨ ਵਾਪਸ ਲੈਣ ਲਈ ਤੇ ਮਾਫ਼ੀ ਮੰਗਣ ਲਈ ਠੀਕ ਹੈ ਉਸ ਦਿਨ ਤਾਂ ਮਾਫ਼ੀ ਮੰਗੀ ਕਿ ਮੈਂ ਤੁਹਾਨੂੰ ਸਮਝਾ ਨਹੀਂ ਸਕਿਆ ਠੀਕ ਹੈ ਜੇ ਕਿਸਾਨੀ ਅੰਦੋਲਨ ਹੈ ਸੀਗਾ ਇਹ ਤੇ ਕਿਸਾਨਾਂ ਨੇ ਆਪਣੇ ਮਸਲੇ ਹੱਲ ਕੀਤੇ ਤੇ ਪੰਜਾਬ ਦੀਆਂ 117 ਸੀਟਾਂ ਹੀ ਕਿਸਾਨ ਜਿੱਤਣੇ ਚਾਹੀਦੇ ਸੀ ਹੁਣ ਤੁਸੀਂ ਵੇਖ ਲਿਓ ਵੀ ਕਿੰਨੀਆਂ ਜਮਾਨਤਾਂ ਬਚਾ ਸਕਦੇ ਆ ਠੀਕ ਹੈ ਠੀਕ ਹੈ ਕੌਣ ਬੰਦਾ ਜਿਹੜਾ ਹੈਗਾ ਇਹਨਾਂ ਨੂੰ ਮਤਲਬ ਅਸੀਂ ਜਿਹੜੀ ਸਾਡੀ ਡਾਇਰੈਕਸ਼ਨ ਹੈ
ਸਿੱਖ ਕੌਮ ਦੀ, ਉਹ ਗਲਤ ਪਾਸੇ ਦੋਸਤ ਨੂੰ ਦੁਸ਼ਮਣ ਬਣਾ ਦਿੱਤਾ ਗਿਆ। ਦੁਸ਼ਮਣ ਨੂੰ ਜਿਹੜਾ ਅਸੀਂ ਉਹਦੇ ਬਾਰੇ ਅਸੀਂ ਬੋਲਣ ਦੀ ਵੀ ਹਿੰਮਤ ਨਹੀਂ ਰੱਖਦੇ, ਠੀਕ ਆ, ਉਹਦੇ ਬਾਰੇ ਅਸੀਂ ਗੱਲ ਹੀ ਨਹੀਂ ਕਰਦੇ, ਠੀਕ ਆ। ਮਨਮੋਹਨ ਸਿੰਘ ਵਿਚਾਰਾ ਸਿੰਘ ਸਰਦਾਰ ਉਹਨੂੰ ਕਹਿਤਾ ਕਿ ਤੂੰ ਮਾਫ਼ੀ ਮੰਗ ਲੈ, ਅਸੀਂ ਨਹੀਂ ਜੀ ਮੰਗਣੀ ਮਾਫ਼ੀ। ਦੇਖੋ ਇਹ ਬੜਾ ਇੱਕ ਤਰਾਸਰੀ ਹੈ ਸਾਡੀ ਕੌਮ ਦੀ, ਜਿਹੜੇ ਲੋਕ ਸਾਨੂੰ ਮਿਲਣਾ ਚਾਹੁੰਦੇ ਆ, ਸਾਡੇ ਨਾਲ ਗੱਲ ਕਰਨਾ ਚਾਹੁੰਦੇ ਆ, ਸਾਨੂੰ ਪ੍ਰਮੋਟ ਕਰਨਾ ਚਾਹੁੰਦੇ ਆ, ਉਹ ਸਾਡੇ ਨਾਲ ਚੱਲਣਾ ਚਾਹੁੰਦੇ ਆ, ਉਹਨਾਂ ਨੂੰ ਅਸੀਂ ਦੁਸ਼ਮਣ ਬਣਾ ਕੇ ਬੈਠੇ। ਪਰਸੈਪਸ਼ਨ ਹੈ ਲੋ ਜੀ ਇਹ ਤਾਂ ਜੀ ਉਹਦੇ ਵਿਰੋਧੀ ਹੈ। ਮੈਂ ਅੱਗੇ ਵੀ ਇੱਕ ਵਾਰ ਦੋ ਤਿੰਨ ਵਾਰੀ ਮੀਟਿੰਗ ਚੈਲੰਜ ਕੀਤਾ, ਮੈਂ ਕਿਹਾ ਮੈਂ ਇੱਕ 9 ਸਾਲ ਦੀ ਉਮਰ ਦੇ ਅੰਮ੍ਰਿਤਧਾਰੀ ਸਿੰਘ ਹਾਂ, ਮੈਂ ਆਪਣੇ ਧਰਮ ਚ ਵਿਸ਼ਵਾਸ ਕਰਦਾ, ਦੂਜੇ ਧਰਮਾਂ ਦਾ ਸਤਿਕਾਰ ਕਰਦਾ, ਇਹ ਗੱਲ ਮੈਨੂੰ ਗੁਰੂ ਸਾਹਿਬਾਨ ਨੇ ਸਿਖਾਈ। ਸਾਡਾ ਧਰਮ ਇਹ ਗੱਲ ਕਹਿੰਦਾ ਕਿ ਦੂਜਿਆਂ ਦਾ ਸਤਿਕਾਰ ਕਰੋ, ਆਪਣੇ ਤੇ ਵਿਸ਼ਵਾਸ ਕਰੋ। ਤੁਸੀਂ ਮੈਨੂੰ 2 ਬੰਦੇ ਲਿਆ ਦਿਓ ਜਿਹੜੇ ਪੂਰਨ ਸਿੰਘ ਤੋਂ ਪੂਰਨ ਚੰਦ ਬਣਾਏ ਹੋਣ ਬੀਜੇਪੀ ਨੇ, ਜਾਂ ਕਰਤਾਰ ਸਿੰਘ ਤੋਂ ਕਰਤਾਰ ਚੰਦ ਬਣਾਏ ਹੋਣ, ਤੇ ਮੈਂ ਇਹ ਪਾਰਟੀ ਛੱਡ ਕੇ ਘਰ ਬਹਿ ਜਾਂਦਾ। ਵਾਹ, ਜਸਟ 2%। ਠੀਕ ਹੈ, ਪਿੱਛੇ ਮੈਂ ਆਰਟੀਕਲ ਵੀ ਲਿਖਿਆ ਸੀਗਾ ਵੀ ਗੁਰਦਾਸਪੁਰ ਦਾ ਮੁੰਡਾ ਗਿੱਲ ਹੈਗਾ ਪ੍ਰਧਾਨ ਬੀਜੇਪੀ ਦਾ, ਬੰਦਾ ਉਹ ਹੁੰਦਾ ਜਿਹੜਾ 7 ਗੱਲ ਪਤਾ ਕਰੇ। ਉਹ ਮੀਟਿੰਗ ਦੇ ਵਿੱਚ ਆਇਆ ਤੇ ਬੀਜੇਪੀ ਦਾ ਪ੍ਰੈਜ਼ੀਡੈਂਟ ਉਹਨੂੰ ਕਹਿਣ ਲੱਗਾ, ਉਹ ਕਹਿੰਦਾ ਉਹ ਤੂੰ ਸਿੱਖਾਂ ਦਾ ਮੁੰਡਾ ਹੈ ਤੇ ਤੂੰ ਬਿਨਾਂ ਪੱਗ ਤੋਂ ਤੁਰਿਆ ਫਿਰਦਾ, ਪੱਗ ਬਣ ਕੇ ਆ। ਇਹ ਕੋਈ ਉਹਨੇ ਬਣਾ ਕੇ ਗੱਲ ਨਹੀਂ ਕੀਤੀ, ਠੀਕ ਆ, ਜਨਰਲ ਗੱਲ ਹੈਗੀ ਹੈ ਕਿ ਤੂੰ ਸਰਦਾਰਾਂ ਦਾ ਲੜਕਾ ਹੈ, ਯੂ ਸ਼ੁਡ ਬੀ ਅ ਟਰਮਨ, ਤੂੰ ਸਰਦਾਰ ਬਣ ਕੇ ਰਹਿ। ਇਹ ਐਸੀਆਂ ਚੀਜ਼ਾਂ ਨੇ, ਦੇਖੋ ਬਹੁਤ ਕੁਛ ਜਿਹੜਾ ਨਾ ਜਿਹੜੀ ਪ੍ਰੋਜੈਕਸ਼ਨ ਹੈ ਉਹ ਰਾਈਟ ਨਹੀਂ ਹੋ ਰਹੀ। ਜਦੋਂ ਦੇਖੋ ਦਿੱਲੀ ਦੰਗਿਆਂ ਦੇ, ਮੈਂ ਹੁਣ ਇਹ ਕੱਢਿਆ ਸੀਗਾ ਇਹਨਾਂ ਨੂੰ ਸਾਰੇ 9 ਸਟੇਟਾਂ ਨੂੰ ਚਿੱਠੀਆਂ ਲਿਖੀਆਂ ਤੇ ਮੈਨੂੰ ਦੱਸੋ ਦਿੱਲੀ ਦੰਗਿਆਂ ਦੇ ਦੋਸ਼ੀਆਂ ਜਿਹੜੇ ਹੋਏ 1984 ਦੇ ਰਾਇਟਸ ਹੋਏ, ਉਹਨਾਂ ਦੇ ਵਿੱਚ ਹਰ ਇੱਕ ਨੂੰ ਕੰਪਨਸੇਸ਼ਨ ਮਿਲ ਗਈ, ਹਰ ਇੱਕ ਨੂੰ ਇੰਪਲਾਇਮੈਂਟ ਮਿਲੀ, ਹਰ ਦੋਸ਼ੀ ਨੂੰ ਸਜ਼ਾ ਬਣਿਆ, ਹਰ ਕੇਸ ਦਾ ਬਣਿਆ ਕੀ ਹੈ। ਜੇ ਮੈਨੂੰ ਕਿਸੇ ਵੱਲੋਂ ਇਹ ਗੱਲ ਦੀ ਹਮਾਇਤ ਆ ਤੇ ਮੈਂ ਕਰ ਸਕਿਆ, ਮੈਂ ਇਹਦੇ ਵਾਲਾ ਜਿਹੜਾ ਜਿੰਨੇ ਵੀ ਹਰਿਆਣੇ ਦੇ ਵਿੱਚ ਹੋਇਆ ਕੇਸ ਉਹਦੇ ਬਾਰੇ ਲਿਆਇਆ, ਅਸੀਂ ਬਿਆਨ ਦਿੰਦੇ ਹਾਂ, ਬਿਆਨ ਦੇ ਕੇ ਇੱਕ ਖਬਰ ਬਣ ਜਾਂਦੀ ਹੈ, ਉਸ ਤੋਂ ਬਾਅਦ ਅਸੀਂ ਘਰ ਬਹਿ ਜਾਂਦੇ ਹਾਂ। ਠੀਕ ਆ, ਹੁਣ ਵੀ ਦਿੱਲੀ ਦੰਗਿਆਂ ਦੀ ਤੇ ਸਿੱਟ ਬਣੀ ਹੋਈ ਹੈ ਜੀ, ਇਹ ਦੇਖੀਏ ਵੀ ਕਿੰਨੇ ਲੋਕਾਂ ਨੇ ਉਹ ਸਿੱਟ ਦੇ ਵਿੱਚ ਕੋਈ ਸਿੱਖ ਕੌਮ ਵੱਲੋਂ ਵੀ ਕੋਈ ਕਮੇਟੀ ਬਣਾਈ ਗਈ, ਕੋਈ 4 IPS ਅਫਸਰ, ਕੋਈ 4 ਜੱਜ ਰਿਟਾਇਰ ਜਾਂ ਕੋਈ ਹੋਰ, ਕਿ ਇਹਨਾਂ ਮੁਕਦਮਿਆਂ ਦੀ ਭਾਈ ਕਾਨਪੁਰ ਦੇ ਵਿੱਚ ਤੇ ਹੋਮ ਚਿੱਲਰ ਹਰਿਆਣੇ ਦੇ ਵਿੱਚ ਅਸੀਂ ਪੈਰਵੀ ਕਰਨੀ ਹੈ। ਵਾਹ, ਬਹੁਤ ਇੰਟਰਸਟਿੰਗ ਜੀ। ਕੋਈ ਇੱਕ ਦੱਸੋ ਨਾ ਵੀ ਅਸੀਂ ਆਹ ਕੰਮ ਕੀਤਾ, ਸਾਨੂੰ ਸਿਰਫ ਇਹ ਹੈ ਵੀ ਕ੍ਰਿਟੀਸਾਈਜ਼ ਕਰਨਾ। ਮੈਂ ਤਾਂ ਹਾਲੇ ਵੀ ਹੁਣ ਕੱਲ ਪਰਸੋਂ ਡਿਸਕਸ ਕਰ ਰਿਹਾ ਸੀਗਾ ਕਿਸੇ ਬੰਦੇ ਨਾਲ ਕਿ IAS ਵਾਸਤੇ ਅਸੀਂ ਆਪਣੀ ਅਕੈਡਮੀ ਬਣਾਈਏ, ਸਾਡਾ ਕੋਈ ਸਾਡੇ ਬੱਚੇ ਵੀ IAS ਬਣਨ। ਮੈਂ 2006 ਚ ਲਿਖਿਆ ਸੀ ਕਿ 2010 ਤੋਂ ਬਾਅਦ ਪੰਜਾਬ ਦਾ ਨਾ ਸਿੱਖ DGP ਲੱਗੇਗਾ, ਨਾ ਪੰਜਾਬ ਦਾ ਸਿੱਖ ਚੀਫ ਸੈਕਟਰੀ ਲੱਗੇਗਾ। ਅੱਜ ਇਸ ਗੱਲ ਨੂੰ 15 ਸਾਲ ਹੋ ਗਏ, 16 ਸਾਲ, ਤੁਸੀਂ ਦੱਸੋ ਕਿ ਅਸੀਂ ਕੀ ਐਫਰਟ ਕੀਤਾ ਕਿਸੇ ਨੇ। ਔਰ ਮੈਂ ਉਹ ਲੈਟਰ ਜਿਹੜਾ ਛਪਿਆ ਵੀ ਸਾਰੇ ਵਰਲਡ ਦੇ ਵਿੱਚ ਜਿੱਥੇ ਵੀ ਸਿੱਖ ਸਮਾਜ ਵਾਲਾ, ਹਰ ਇੱਕ ਨੂੰ ਭੇਜਿਆ ਇਨ ਰਾਈਟਿੰਗ, ਕਿ ਮਾਨ ਸਾਹਿਬ ਨੂੰ ਭੇਜਿਆ, ਬਾਦਲ ਸਾਹਿਬ ਨੂੰ ਭੇਜਿਆ, ਟੌੜਾ ਸਾਹਿਬ ਨੂੰ ਭੇਜਿਆ, ਤਲਵੰਡੀ ਸਾਹਿਬ ਨੂੰ ਭੇਜਿਆ ਕਿ ਕਰੋ ਬਈ ਕੁਛ, SCPC ਪ੍ਰੈਜ਼ੀਡੈਂਟ ਨੂੰ ਭੇਜਿਆ, ਲੇਕਿਨ ਕੁਛ ਨਹੀਂ ਹੋਇਆ। ਇਸ ਤਰ੍ਹਾਂ ਦੀ ਸਥਿਤੀ ਹੈ, ਸੱਚ ਨੂੰ ਜਾਣਨਾ ਚਾਹੀਦਾ ਔਰ ਸੱਚ ਨਾਲ ਜਿਹੜਾ ਅੱਗੇ ਵਧਣਾ ਚਾਹੀਦਾ। ਅਸੀਂ ਜੇਕਰ ਚਾਹੁੰਦੇ ਹਾਂ ਕਿ ਵਿਕਾਸ ਹੋਵੇ ਸਾਡੀ ਕੌਮ ਦਾ, ਤੇ ਸਾਨੂੰ ਸਹੀ ਦੋਸਤ ਚੁਣਨਾ ਪਏਗਾ। ਬਿਲਕੁਲ ਵਾਜਬ ਹੈ, ਬਿਲਕੁਲ ਜੀ। ਉਹ ਜਿਹੜੀ ਮੈਂ ਤੁਹਾਡੇ ਕੋਲੋਂ ਇੱਕ ਗੱਲ ਪੁੱਛਣੀ ਚਾਹੁੰਦਾ ਸੀ, ਜਿਹੜੀਆਂ ਉਹ ਤਕਰੀਬਨ 37 ਸ਼ਖਸੀਅਤਾਂ ਨਾਲ ਪ੍ਰਧਾਨ ਮੰਤਰੀ ਜੀ ਦਾ ਮਿਲਣਾ, ਉਹਨਾਂ ਨੂੰ
एक एक नू इंडिविजुअली गल्लां बातां सुननियां करनियां, ये अपने आप विच एक सिग्निफिकेंट गल है कि वह व्यक्ति जिहड़े सीगे वह कोई किसे ईवन कल्ली पंजाब स्टेट तो नहीं सी, वह 37 जिहड़ियां शख्सियतां ने ਉਹ ਲਗਭਗ ਭਾਰਤ ਦੀਆਂ ਰਿਪ੍ਰੈਜੈਂਟੇਟਿਵ ਨੇ, ਕੋਈ ਕਿਤੋਂ ਕੋਈ ਕਿਤੋਂ ਕੋਈ ਕਿਤੋਂ, ਲੇਕਿਨ ਉਹਨਾਂ ਦੀ ਕੋਈ ਨਾ ਕੋਈ ਆਪਣੀ ਹੈਸੀਅਤ ਹੈ ਕਮਿਊਨਿਟੀ ਦੇ ਵਿੱਚ, ਤੇ ਉਹਨਾਂ ਨੂੰ ਬੁਲਾਉਣਾ। ਤੇ ਹੁਣ ਮੈਂ ਇੱਕ ਹੋਰ ਬਿਆਨ ਸੁਣ ਰਿਹਾ ਸੀਗਾ ਜਿਹੜਾ ਮਨਜਿੰਦਰ ਸਿੰਘ ਸਿਰਸਾ ਦਾ, ਕਿ ਉਸ ਤੋਂ ਬਾਅਦ ਇਸ ਸਦਭਾਵਨਾ ਵਾਲੀ ਮੀਟਿੰਗ ਤੋਂ ਬਾਅਦ ਇੱਕ ਹੋਰ ਮੀਟਿੰਗ ਜਿਹੜੀ ਹੈਗੀ ਹੈ ਆ ਰਹੇ ਸਮੇਂ ਵਿੱਚ ਹੋਏਗੀ, ਜਿਹਦੇ ਵਿੱਚ ਸਿੱਖ ਕਮਿਊਨਿਟੀ ਦੀਆਂ ਜਿਹੜੀਆਂ ਕੋਈ ਬੇਸਿਕ ਗਰੀਵੀਐਂਸਿਸ ਨੇ ਉਹਨਾਂ ਦੇ ਬਾਰੇ ਵੀ ਜਿਹੜੀ ਵਿਚਾਰ ਕੀਤੀ ਜਾਏਗੀ। ਔਰ ਸੱਚੀ ਮੁੱਚੀ ਮੈਂ ਕੋਈ ਮੇਰਾ ਕੰਮ ਤਾਂ ਮੈਂ ਤਾਂ ਐਜ਼ ਏ ਜਰਨਲਿਸਟ ਹੀ, ਮੈਨੂੰ ਇਹੋ ਜਿਹੀ ਕੋਈ ਐਫਰਟ ਕਾਂਗਰਸ ਵੱਲੋਂ ਕਦੇ ਸੁਣਾਈ ਨਹੀਂ ਦਿੱਤੀ, ਹਾਲਾਂਕਿ ਉਹ ਵੀ ਆਪਣੇ ਆਪ ਵਿੱਚ ਇੱਕ ਵੱਡੀ ਨੈਸ਼ਨਲ ਪਾਰਟੀ ਹੈ ਜਿਸ ਤਰ੍ਹਾਂ ਬੀਜੇਪੀ ਹੈ, ਲੇਕਿਨ ਉਹਨਾਂ ਦੇ ਸਮੇਂ ਦੇ ਵਿੱਚ ਆਪਾਂ ਨੂੰ ਪਤਾ ਹੈ ਜਿਹੜੀਆਂ ਕੁਝ ਘਟਨਾਵਾਂ ਹੋਈਆਂ ਨੇ ਜਿਹਦੇ ਵਿੱਚ ਦਰਬਾਰ ਸਾਹਿਬ ਦੇ ਉੱਪਰ ਹਮਲਾ ਹੋਣ ਦੀ ਗੱਲ ਆ, ਹਾਲਾਂਕਿ ਉਹਦੇ ਵਿੱਚ ਬਹੁਤ ਬਹੁਤ ਕੁਝ ਲਿਖਿਆ ਗਿਆ, ਬਹੁਤ ਕੁਝ ਕਿਹਾ ਗਿਆ, ਬਹੁਤ ਕਿਤਾਬਾਂ ਲਿਖੀਆਂ ਗਈਆਂ ਨੇ ਕਿਉਂ ਹੋਇਆ, ਕਿਹਨੇ ਕਰਵਾਇਆ, ਉਹਦੇ ਵਿੱਚ ਕੌਣ ਸ਼ਾਮਿਲ ਸੀ ਕੌਣ ਨਹੀਂ, ਲੇਕਿਨ ਆਪਣੇ ਆਪ ਵਿੱਚ ਉਹ ਜੋ ਵੀ ਹੈ ਉਹ ਇੱਕ ਵੱਡੀ ਭਾਰੀ ਘਟਨਾ ਹੈ ਜਿਹਨੂੰ ਮੇਰਾ ਖਿਆਲ ਹੈ ਸਿੱਖ ਸਾਇਕੀ ਜਿਹੜੀ ਹੈਗੀ ਉਹ ਛੇਤੀ ਕਿਤਿਆਂ ਭੁਲਾ ਨਹੀਂ ਸਕਦੀ ਗੀ, ਔਰ ਉਹਦੇ ਵਿੱਚ ਜਿਹੜੇ ਪਲੇਅਰ ਸਨ ਉਹਨਾਂ ਬਾਰੇ ਵੀ ਉਹਨਾਂ ਨੂੰ ਬਹੁਤ ਕਲੀਅਰ ਹੈ ਜੀ। ਦੇਖੋ ਜਦੋਂ ਵੀ ਮੌਕਾ ਮਿਲਦਾ ਪ੍ਰਧਾਨ ਮੰਤਰੀ ਜੀ ਜਾਂ ਤਾਂ ਗੁਰਦੁਆਰਾ ਸਾਹਿਬ ਕਿਤੇ ਮੱਥਾ ਟੇਕਣ ਜਾਂਦੇ ਆ, ਉਹਦੇ ਪਿੱਛੇ ਰੀਜ਼ਨ ਹੈ। ਉਹ ਮੈਨੂੰ ਮੇਰੇ ਨਾਲ ਵੀ ਉਹਨਾਂ ਨੇ ਗੱਲ ਕੀਤੀ ਸੀਗੀ ਕਿ ਮੈਂ ਉਹਨਾਂ ਨੂੰ ਮਿਲਿਆ ਤੇ ਮੈਨੂੰ ਕਹਿਣ ਲੱਗਾ ਇਕਬਾਲ ਸਿੰਘ ਮੈਂ 1975 ਮੈਂ 1975 ਮੈਂ ਸਿੱਖ ਬਣ ਗਿਆ, ਤਾਂ ਮਜ਼ਾਕ ਦੀ ਗੱਲ ਸੁਣਾਉਂਦੇ ਸੀ ਤੇ ਕਹਿੰਦੇ ਡਰਤਾ ਬਣਾ ਐਮਰਜੈਂਸੀ ਸੇ ਗ੍ਰਿਫਤਾਰੀ ਸੇ ਬਚਨੇ ਕੇ ਲਈ, ਤਾਂ ਕਹਿੰਦੇ ਮੇਰਾ ਕੋਈ ਡਰਾਈਵਰ ਮਿਲ ਗਿਆ ਟੈਕਸੀ ਕਾ ਸਿੱਖ, ਤਾਂ ਉਹ ਮੁਝੇ ਕਹਿਣੇ ਲੱਗਾ ਸੱਜੇ ਮੁੜਨਾ ਕਿ ਖੱਬੇ, ਤੋ ਮੁਝੇ ਕਹਿੰਦੇ ਨਾ ਸੱਜੇ ਕਾ ਪਤਾ ਤਾਂ ਖੱਬੇ ਕਾ, ਮੈਨੇ ਕਿਹਾ ਸੀਧੇ ਚੱਲ, ਕਹਿੰਦੇ ਆ ਗਏ ਦੀਵਾਰ ਆ ਗਈ, ਤੋ ਮੈਨੇ ਕਿਹਾ ਯਾਰ ਅਬ ਤੋ ਕਿਸੀ ਪੁਲਿਸ ਨੇ ਬਚ ਨਹੀਂ ਪਾਊਂਗਾ, ਅਗਰ ਮੈਨੇ ਉਸ ਵਾਹਨ ਤੋਂ ਉਤਰ ਗਿਆ ਹਾਂਜੀ। ਲੇਕਿਨ ਫਿਰ ਉਸ ਤੋਂ ਬਾਅਦ ਮੈਂ ਪੰਜਾਬੀ ਸਿੱਖੀ ਜੀ, ਗੁਰਮੁਖੀ ਸਿੱਖੀ, ਉਸ ਤੋਂ ਬਾਅਦ ਮੈਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕੀਤਾ ਹਾਂਜੀ, ਸਿੱਖ ਇਤਿਹਾਸ ਪੜਿਆ, ਅਰੇ ਮੈਂ ਤਾਂ ਸਿੱਖ ਹੂੰ, ਮੈਂ ਸਿੱਖ ਧਰਮ ਕੋ ਮਾਨਤਾ ਹੂੰ, ਆਪ ਕੋਈ ਕਾਮ ਬੁਲਾਓ ਜੋ ਸਿੱਖੀ ਕਾ ਕਰਨੇ ਵਾਲਾ ਹੈ ਮੈਂ ਕਰਤਾ ਹੂੰ। ਵਾਹ ਵਾਹ, ਲੇਕਿਨ ਇਹ ਫਿਰ ਇਹ ਪਰਸੈਪਸ਼ਨ ਸਾਡੀ ਕਮਿਊਨਿਟੀ ਵਿੱਚ ਨਹੀਂ ਹੈ, ਔਰ ਇਸੇ ਕਰਕੇ ਹੀ ਮੈਨੂੰ ਇਹ ਸੀ ਕਿ ਤੁਹਾਡੇ ਰਾਹੀਂ ਇਹ ਜਿਹੜੀ ਅਸਲੀਅਤ ਹੈਗੀ ਹੈ ਉਹ ਘੱਟੋ ਘੱਟ ਕਮਿਊਨੀਕੇਟ ਜਿਹੜੀ ਹੈਗੀ ਹੈ ਉਹ ਹੋ ਸਕਦੀ ਹੈ ਜੀ। ਤੁਸੀਂ ਕੰਮ ਦੇਖੋ, ਬਲੈਕ ਸੂਚੀ ਕਾਲੀ ਸੂਚੀ ਉਹਨਾਂ ਨੇ ਖਤਮ ਕੀਤੀ, ਠੀਕ, ਜਿਹੜਾ ਦਿੱਲੀ ਦੇ ਦੰਗਿਆਂ ਦੇ ਦੋਸ਼ੀਆਂ ਨੂੰ 5-5 ਲੱਖ ਦਾ ਕੰਪਨਸੇਸ਼ਨ ਵਧਾਇਆ ਹਾਂਜੀ, ਸਾਰੇ ਇੱਥੇ ਤੇ ਯੂਪੀ ਤੇ ਦਿੱਲੀ ਦੇ ਵਿੱਚ ਸਿੱਟ ਬਣਾਈ, ਦੋ ਸੱਜਣ ਕੁਮਾਰ ਆ ਜੇਲ ਚ ਹੈ, ਮੋਦੀ ਸਾਹਿਬ ਦੀ ਬਦੌਲਤ ਹੈ ਬਿਲਕੁਲ, ਤੇ ਜਿਹੜੇ ਵੀ ਕੋਈ ਮਤਲਬ ਜਿੰਨੇ ਵੀ ਮਸਲੇ ਸਾਡੇ ਆਏ ਉਹਨਾਂ ਤੇ ਅਸੀਂ ਪੂਰਨ ਮਤਲਬ ਇਹ ਵਿਚਾਰ ਕੀਤਾ ਕਿ ਇਹਨੂੰ ਅਸੀਂ ਕਰਨਾ, ਜੇ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾਉਣ ਦੀ ਗੱਲ ਆਈ ਤਾਂ ਕਈ ਅਰਬ ਰੁਪਏ ਔਰ ਵਿਦੇਸ਼ਾਂ ਚ ਮਿਲਾਇਆ, ਆਪ ਜੀ ਦੀ ਵੀ ਅੰਬੈਸੀਆਂ ਚ ਮਨਾਇਆ ਗਿਆ, ਇਹ ਠੀਕ ਹੈ, ਜੇ ਇਹ ਨਹੀਂ ਕਿ ਪੰਜਾਬ ਚ ਮਨਾਤਾ ਐਸਜੀਪੀਸੀ ਨੇ ਬਣਾਇਆ, ਲੋ ਇਹ ਫੋਰਨ ਦੇ ਵਿੱਚ ਸਾਰੀ ਦੁਨੀਆਂ ਦੀਆਂ ਇੰਡੀਅਨ ਅੰਬੈਸੀਜ ਨੇ ਉੱਥੇ ਆਰਗੇਨਾਈਜ਼ ਕੀਤਾ, ਇਹ ਠੀਕ ਹੈ, ਇਹ ਸਹੀ ਹੈ। ਉਸ ਤੋਂ ਪਹਿਲਾਂ ਵੀ ਫਿਰ 350 ਸਾਲ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਗੁਰਪੁਰਬ ਮਨਾਇਆ ਗਿਆ, ਅਰਬਾਂ ਰੁਪਏ ਦਿੱਤੇ ਗਏ, ਕਿਤਾਬਾਂ ਦੀ ਛਪਾਈ ਵਾਸਤੇ ਸਿੱਖ ਧਰਮ ਨੂੰ ਅੱਗੇ ਤੋਰਿਆ ਗਿਆ, ਫਿਰ ਤੁਹਾਡਾ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ
कमेटी बनाई गई। हर काम लाई कोई ना कोई मतलब तुसी एक लंबी लिस्ट है जिहड़ा करतारपुर का लांघा बनाने लई उन्होंने हामी भरी और बना के दिता। लंगर दी जीएसटी खत्म की, टैक्स खत्म किए। तुसी काम दसो ना कि जे तो मोदी साहब अगे कह नहीं ये नहीं करेंगे। हुण असी कैदिया की रिहाई का मसला है, मेरे को भी आए लोग, मैं उन्होंने कहा कि लियाओ आप केस बना के दी, तुसी लिस्ट लैके आओ। कुछ लोग तुहानू मान साहब हैरानी होगी कि मेरे नाल फोटो खिचा के ना मेनू अगले दिन पता लगा भी इन्होंने सिख रिहाई के मसले की गल की। जी ठीक है, वाह वाह। और ये हुंदा है, बिल्कुल हुंदा है, बहुत चंगा कीता भी ये मेंशन भी करती है गल, बहुत वधिया जी। हां जी, ते असी उहनां ने तैयार हैगे आ, हर एक दा तरीका आ, वो गल नूं लिया जाएगा और लैके कीता ओ पंजाबी च अपना ना गुरमुख दा सिद्धांत है, जिसका दिता खावना तिस कहिए साबा। जिहड़ा बंदा साडे लई कर रहा है ओदी शाबाशी तां बनदी है, बनदी है, बनदी है। एक गल है बेशक थोड़ी जी पर्सनल, पर मैनूं लगदी है मेरे मन विच ओदी सिग्निफिकेंस बड़ी बनी हुई है, ते ए भी मैं चाहुंदा सी भी जे तुसीं शेयर करो, क्योंकि पर्सनल है, कई बार औखा हुंदा है हो गल, पर ए मेरी बेनती है, क्योंकि मैनूं ओदे विच कोई पिछले दिनां दे विच तुहाडी फैमिली दी मुलाकात प्रधानमंत्री जी नाल हुंदी है, और ओदा जिहड़ी थोड़ी जी डिस्क्रिप्शन थोड़ी जी ओह मैनूं दे दे, क्योंकि एक ओदे विच बहुत की गल जिहड़ी मैनूं चंगी लगी, इसे करके मैं तुहानूं बेनती करदा पिया भी ओह ए जिहड़ी गल हैगी ए सुणा सको तां बहुत चंगा लगूगा जी। नहीं असीं देखो मान साहिब, ओदा वैसे असीं प्रधानमंत्री जी नूं परिवार मिलन लई गया सी जी, ते मिलन लई सी, मेरा पोतरा हैगा सालक दा जी, जी। ते असीं दो ओदी आदत है, हुण तुसीं भी कीती ते मैं पर्सनली करना भी, ओ जदों भी मैं ओनू चुकदा ना ओह मेरी दाढ़ी नूं हथ मारना शुरू कर दिंदा बच्चे नूं पता नहीं हुंदा जी। ते मोदी साहब ने भी दाढ़ी रखी हुई, असी डरदे सी भी इह किते मोदी साहब दी दाढ़ी नूं हथ ना मारे जी। ते लै के असी चले गए जाना सी, असी कहा कि फोटो खिचा के बाहर आ जांगे जी, ते बच्चे फिर कोई गल जिहड़ी राजनीतिक मैं गल कर सकांगा जी। पर मोदी साहब बड़े मेहरबान दरिया दे आदमी, उन्होंने सारिया लई बच्चियां दा पता सी आउणा, उन्होंने लई चॉकलेट दूजा सारा इंतजाम कीता। फिर ओनू मेरे पोतरे दा नां हरफतेवीर सिंह है, ओनू गोदी च चुकया, गोदी चुक के ते फिर ओनू अपनी कुर्सी ते बिठाया। वाह वाह, ए गल जी प्रधानमंत्री दी कुर्सी, फिर ओनू कहण लगे इहदी इक सिग्निफिकेंस, क्योंकि ए गल्लां जिहड़ियां हैगियां ने आपां पंडित जी वेले भी होर जिहड़ियां वड्डियां शख्सियतां हुंदियां ने उहनां दे कुछ जेस्चर्स हुंदे ने, उहनां नूं इसे करके हिस्टरी दे विच रिकॉर्ड कीता जांदा जां उहदे बारे गल्लां चलदियां हैगियां ने। मैनूं भी इसे करके जी करदा सी कि उहनां ने बेटे नूं चुक के प्यार दे के गोदी च ते उस तों बाद बिठाता उहनूं प्राइम मिनिस्टर वाली कुर्सी ते कदे ने कदी बह जा काका तू आके क्या बात है, बहुत बहुत मेरे हिसाब नाल एक सिग्निफिकेंट गल है जी। जी देखो मैं तो उन्होंने एको ही जो मेरे मन दा उन्होंने भावना बनी है वो ये है कि वो सिख धर्म नु प्रेम करदे है, सिख कौम नु प्रेम करदे है, और सिखा लई सब कुछ करन नु तैयार है। गल ए है कि असी उन्हां लोकां दे भलेखे च ना जाइए, इन्हां लोकां नूं मिल के वेखिए। हांजी जिस दिन दिल्ली गोली चली, हांजी जिस दिन मैं ना गोल जिथे 26 जनवरी तो बाद ते मैं अमित शाह जी नूं मिलन गया, ते मैनू कहण लगे अरे इकबाल सिंह मैंने तो सिर पे बर्फ रख ली ते चाहे कुछ भी गोली नहीं चलाऊंगा। हांजी नहीं कहते मैंने सिर पे बर्फ रख ली, है कुछ भी हो जाए मैं गोली नहीं चलाऊंगा। तुसी उन्हां लोकां नूं जिहड़े कहंदे आ कि असी सिख है, असी फिर जिस दिन अपना
ਲਾਹੌਰ ਦੇ ਵਿਚ ਮਹਾਰਾਜਾ ਰਣਜੀਤ ਸਿੰਘ ਦਾ ਪੁੱਤ ਛੁਟਿਆ, ਅਮਿਤ ਸ਼ਾਹ ਜੀ ਦਾ ਬਿਆਨ ਹੈ, ਮੈਂ ਉਹਦਾ ਗਵਾਹ ਹੈਗਾ। ਹਾਂਜੀ, ਕਹਿੰਦੇ ਅਰੇ ਇਹ ਇਤਿਹਾਸ ਥੋੜੀ ਮਰਨੇ ਦੂੰਗਾ, ਮੈਂ 18 ਫੁੱਟ ਕਾ ਪੁੱਤ ਲਗਾਊਂਗਾ ਗੁਜਰਾਤ ਮੇ, ਮਹਾਰਾਜਾ ਰਣਜੀਤ ਸਿੰਘ ਕਾ। ਹਾਂਜੀ, ਇਹ ਮੈਂ ਹਮ ਇਹ ਕੈਸੇ ਕਹੇਂਗੇ ਜੀ, ਇਹ ਇਤਿਹਾਸ ਮਰਨੇ ਦੇਂਗੇ। ਹੁਣ ਸਾਡੇ ਰੌਲਾ ਪੈਂਦਾ ਵੀ ਅਸੀਂ ਇਤਿਹਾਸ ਚ ਹੇਰਾ ਫੇਰੀ ਕੌਣ ਕਰ ਰਿਹਾ। ਤੁਸੀਂ ਕਮੇਟੀ ਬਣਾਓ ਰਾਈਟਰ ਦੀ, ਜਿਹਦੇ ਵਿਚ ਮੈਂ ਆਪ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਬੜੀ ਵਾਰੀ ਕਿਹਾ ਕਿ 5 ਮੈਂਬਰੀ ਕਮੇਟੀ ਬਣਾਓ, ਜਿਹੜਾ ਵੀ ਲਿਖਦਾ, ਈਵਨ ਮੈਂ ਵੀ ਲਿਖਦਾ, ਮੈਂ ਉਹ ਕਿਤਾਬ ਤੁਹਾਨੂੰ ਭੇਜਾ, ਤੁਸੀਂ ਅਪਰੂਵ ਕਰੋ। ਤੁਸੀਂ ਜਿਹੜੀਆਂ ਪੁਰਾਣੀਆਂ ਕਿਸ ਨੇ ਬਣਾਉਣਾ ਕਿੰਨੇ ਆ, ਜੋ ਅਸੀਂ ਕੰਮ ਤਾਂ ਕਰਦੇ ਨੀ, ਨਾ ਅਸੀਂ ਐਜੂਕੇਸ਼ਨ ਵਾਲੇ ਪਾਸੇ ਤੁਰੇ ਆ, ਬਿਲਕੁਲ ਠੀਕ ਆ, ਨਾ ਅਸੀਂ ਹੈਲਥ ਵਾਲੇ ਪਾਸੇ ਤੁਰੇ ਆ। ਅਸੀਂ ਤਾਂ ਇਹੀ ਆ ਵੀ ਸਵਾਏ ਇੱਕ ਦੂਜੇ ਦੀ, ਜਿਹੜਾ ਵੀ ਸਾਨੂੰ ਪਿਆਰ ਕਰੇ ਉਹਦੀ ਅਸੀਂ ਨਿੰਦਾ ਕਰਨੀ ਆ, ਤੇ ਜਿਹੜਾ ਡੰਡੇ ਮਾਰੇ ਉਹਨੂੰ ਅਸੀਂ ਸਿਰ ਤੇ ਬਿਠਾ ਲੈਣਾ। ਇੱਕ ਛੋਟੀ ਜੀ ਗੱਲ ਤੁਸੀਂ ਬੇਸ਼ੱਕ ਮੈਂਸ਼ਨ ਕੀਤੀ, ਮੈਂ ਦੁਬਾਰਾ ਉਹਨੂੰ ਥੋੜਾ ਜਿਹਾ ਹਾਈਲਾਈਟ ਕਰਨਾ ਚਾਹੁੰਦਾ। ਸੱਜਣ ਕੁਮਾਰ ਵਾਲੀ ਜਿਹੜੀ ਗੱਲ ਹੈ ਦਿੱਲੀ ਦੇ ਦੰਗਿਆਂ ਵਾਲੀ, ਹੁਣ ਦੇਖੋ ਉਸ ਵਿਅਕਤੀ ਨੂੰ ਕਾਂਗਰਸ ਨੇ ਆਪਣੇ ਰਾਜ ਵਿਚ ਇਧਰ ਟਾਲ ਮਟੋਲ ਕਰਦਿਆਂ ਕਰਾਉਂਦਿਆਂ ਕਦੀ ਕੋਈ ਸਜ਼ਾ ਵਾਲੀ ਗੱਲ ਨਹੀਂ। ਉਦਾਂ ਜਦੋਂ ਕਿਤੇ ਪ੍ਰੈਸ਼ਰ ਬਣਨਾ ਉਹਦੇ ਤੇ ਕੇਸ ਵੀ ਬਣ ਗਿਆ, ਕੁਛ ਚਲਾਹ ਵੀ ਦਿੱਤਾ, ਆਹ ਵੀ ਕੀਤਾ, ਲੇਕਿਨ ਕੀਤਾ ਕੁਛ ਨਹੀਂ। ਸਿਰਫ ਮੋਦੀ ਪ੍ਰਸ਼ਾਸਨ ਦੀ ਵਜ੍ਹਾ ਕਰਕੇ ਉਹ ਵਿਅਕਤੀ ਜਿਹੜਾ ਹੈਗਾ, ਉਹ ਦੋਸ਼ੀ ਜਿਹੜਾ ਹੈਗਾ, ਉਹ ਜੇਲ੍ਹ ਦੀਆਂ ਜਿਹੜੀਆਂ ਹੈਗੀਆਂ ਉਹਦੇ ਵਿਚ ਭੁਗਤ ਰਿਹਾ ਆਪਣਾ ਟਾਈਮ। ਉਹ ਸੱਚੀ ਮੁੱਚੀ ਕਈ ਗੱਲਾਂ ਜਿਹੜੀਆਂ ਹੈਗੀਆਂ ਨੇ, ਇਹ ਵਾਕਿਆ ਹੀ ਜਿਹੜੇ ਸਾਡੇ ਬੁੱਧੀਜੀਵੀ ਨੇ ਉਹਨਾਂ ਨੂੰ ਸੱਚੀ ਮੁੱਚੀ ਇੱਕ ਨਵੀਂ ਕਿਸਮ ਦੀ, ਜਿਹਨੂੰ ਰਿਫਰੈਸ਼ਿੰਗ ਰੀਲੁੱਕ ਜਿਹੜੀ ਹੈਗੀ ਆ, ਉਹ ਵੀ ਸਾਨੂੰ ਕਰਨ ਦੀ ਲੋੜ ਹੈ। ਮੈਨੂੰ ਇਉਂ ਲੱਗਦੀ ਹੈ ਕਈ ਵਾਰੀ ਉਹਨੂੰ ਘਸੀਆਂ ਪਿੱਟੀਆਂ ਗੱਲਾਂ ਜੀਆਂ ਨਾ, ਉਹ ਬਾਰ ਬਾਰ ਉਹੀ ਹੋਈ ਜਾਂਦੀਆਂ ਨੇ, ਔਰ ਉਹਦੇ ਉੱਪਰ ਤੁਹਾਡੀ ਕਲੈਰੀਫਿਕੇਸ਼ਨ ਵੀ ਨਹੀਂ ਹੁੰਦੀ ਗੀ। ਤੇ ਮੈਨੂੰ ਅੱਜ ਬਹੁਤ ਚੰਗਾ ਲੱਗ ਰਿਹਾ ਕਿ ਉਹਨਾਂ ਦੇ ਵਿੱਚੋਂ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ, ਤੁਸੀਂ ਕਿਉਂਕਿ ਸ਼੍ਰੋਮਣੀ ਸਾਹਿਤਕਾਰ ਵੀ ਹੋ, ਔਰ ਤੁਹਾਡੇ ਐਂਗਲ ਤੋਂ, ਤੁਹਾਡੇ ਦ੍ਰਿਸ਼ਟੀਕੋਣ ਤੋਂ ਸੁਣਨ ਦਾ ਮੌਕਾ ਮਿਲ ਰਿਹਾ ਜੀ। ਮਾਨਸਬ ਇਹ ਹੈ, ਦੇਖੋ SCPC ਨੇ ਚਾਹੀਦਾ ਕਿ ਘੱਟੋ ਘੱਟ ਸਾਡੇ ਹੁਣ ਜਿਹੜੇ ਬਿਊਰੋਕਰੇਟ ਹੈ ਨਾ ਜੀ, ਦੇਖੋ ਅਸੀਂ ਸਾਰੇ ਬਾਹਰ ਜਾ ਰਹੇ, ਜਿਹੜਾ ਬੰਦੇ ਜਿੰਦੇ ਆ ਬਿਊਰੋਕਰੇਟ 70-70 ਸਾਲ, 75 ਸਾਲ, 80 ਸਾਲ ਦੇ ਨੇੜੇ ਹੋ ਗਏ, ਜਿਨ੍ਹਾਂ ਚੋਂ ਗੁਰਬਚਨ ਜਗਤ ਜੀ ਹੈਗੇ ਆ ਜਿਹੜੇ UPSC ਦੇ ਚੇਅਰਮੈਨ ਹੈ ਜੀ। ਹਾਂਜੀ, ਕੀ ਅਸੀਂ ਇੱਥੇ ਕਮੇਟੀ ਨਹੀਂ ਬਣਾ ਸਕਦੇ ਜਿਹਦੇ ਚ ਉਹਨਾਂ ਨੂੰ ਉਹਨਾਂ ਦੇ ਥੱਲੇ IAS ਲਈ ਬੱਚਿਆਂ ਦੀ ਤਿਆਰੀ ਕਰਵਾਈ? ਕਿੱਥੇ ਜਿਹੜੇ ਜਿੰਨੇ ਕੱਲ ਨੂੰ ਦਾੜੀ ਕੇਸਾਂ ਵਾਲਾ ਲੱਭਣਾ ਹੀ ਕੋਈ ਨੀ, ਕਿਉਂ ਅਸੀਂ ਮਤਲਬ ਅਸੀਂ ਆਪਣੇ ਟੈਲੈਂਟ ਨੂੰ ਯੂਜ ਹੀ ਨਹੀਂ ਕਰਦੇ। ਸਾਡੇ ਜਿਹੜੇ ਰਿਟਾਇਰਡ ਜੱਜਿਸ ਹੈਗੇ ਆ ਹਾਈ ਕੋਰਟ ਦੇ, ਸੁਪਰੀਮ ਕੋਰਟ ਦੇ, ਉਹਨਾਂ ਨੂੰ ਅਸੀਂ ਕਿਉਂ ਨੀ ਮਾਣ ਦਿੱਤਾ? ਠੀਕ ਆ, ਦੇਖੋ ਕੋਈ ਜਮਾਨਾ ਆਇਆ ਮਾਰਸ਼ਲ ਆਫ ਦੀ ਏਅਰ ਵੀ ਜਿਹੜਾ ਹੈ ਸਰ ਅਰਜਨ ਸਿੰਘ ਨੂੰ, ਜਿਨ੍ਹਾਂ ਨੇ ਇੰਨੀ ਵੱਡੀ ਦੇਸ਼ ਦੀ ਲੜਾਈ ਦੇ 65 ਦੀ ਲੜਾਈ ਦਿੱਤੀ ਸੀਗੀ, ਉਹਨਾਂ ਨੂੰ ਜੇ ਮਾਰਸ਼ਲ ਆਫ ਦੀ ਏਅਰ ਵੀ ਬਣਾਇਆ ਤਾਂ ਵੀ ਭਾਰਤੀ ਜਨਤਾ ਪਾਰਟੀ ਦੀ ਗਵਰਨਮੈਂਟ ਨੇ ਬਣਾਇਆ। ਬਹੁਤ ਅੱਛਾ, ਅਸੀਂ ਕੋਈ ਉਦਮ ਕਰੀਏ। ਹਾਂਜੀ, ਤੇ ਮੈਂ ਹੁਣ ਪਿੱਛੇ ਕੀਤੀ ਸੀਗੀ ਮਨੋਰਟੀ ਜਦੋਂ ਸੀਗਾ, ਚਲੋ ਰਿਜ਼ਲਟ ਆਉਂਦਾ ਉਸ ਤੋਂ ਬਾਅਦ ਨਵੀਂ ਗੱਲ ਹੋਣੀ ਹੈ, ਤੇ ਅਸੀਂ ਮੈਂ ਦੇਖਿਆ ਕ੍ਰਿਸਚੀਅਨ ਦੀ ਕਮੇਟੀ ਇੱਕ ਬੁਲਾਈ 28 ਸਤੰਬਰ ਨੂੰ, ਉਹਨਾਂ ਦਾ 100 ਦੇ ਕਰੀਬ ਬੰਦਾ ਆਇਆ, ਵਧੀਆ ਟਾਈ ਸ਼ਾਈ ਲਾ ਕੇ, ਆਪਣੀਆਂ ਸਮੱਸਿਆਵਾਂ ਉਹਨਾਂ ਨੇ ਕੀਤੀਆਂ। ਸਾਡੇ ਕੋਲ 7,000 ਕਰੋੜ ਦਾ ਬਜਟ ਹੈ ਮਜੋਰਟੀ ਕਮਿਸ਼ਨ ਕੋਲ, ਐਜੂਕੇਸ਼ਨ ਵਾਸਤੇ, ਇੰਪਲਾਇਮੈਂਟ ਵਾਸਤੇ, ਤੇ ਜਿਹੜੀ ਹੈ ਇਹਨਾਂ ਦੀ ਇਕੁਐਲਿਟੀ ਵਾਸਤੇ। ਕਦੇ ਕਿਸੇ ਨੇ ਕੋਈ ਬੈਕਾਲ ਵੀ ਕਲਸੀ ਸਾਹਿਬ ਨੂੰ ਮਿਲ ਕੇ ਆਇਆ, ਸਾਡੇ ਇੱਥੇ ਡਾਇਰੈਕਟਰ ਹੈਗੇ ਆ, ਮੈਂ ਕਿਹਾ ਤੁਸੀਂ ਇਸ ਤਰ੍ਹਾਂ ਕਰੋ ਤੇ ਜਿਹੜਾ ਕੌਸ਼ਲ ਵਿਕਾਸ ਦੇ ਜਿਹੜੇ ਪੈਸੇ ਹੈਗੇ ਆ ਇਹ ਤੁਸੀਂ ਲਾਓ ਸਾਡੇ ਇੱਥੇ ਸਿੱਖ ਇੰਸਟੀਟਿਊਸ਼ਨ ਤੋਂ ਦਿਓ, ਤੁਸੀਂ ਪੰਜਾਬ ਨਾਲ ਸੰਬੰਧਿਤ ਸਿੱਖ ਅਫਸਰ ਹੋ, ਕਹਿੰਦੇ ਤੁਸੀਂ ਭੇਜੋ ਬੰਦੇ, ਅਸੀਂ ਤੁਹਾਨੂੰ ਮਿਲਾ ਕੇ ਦਿੰਦੇ ਆ, ਅਸੀਂ ਇੱਥੇ ਇੰਪਲਾਇਮੈਂਟ ਵਾਸਤੇ ਕੰਮ ਕਰਦੇ ਆ। ਸਾਨੂੰ ਵੀ ਇੱਕ ਗਰੁੱਪ ਆਫ ਪੀਪਲ ਬਣਾਉਣਾ ਪਏਗਾ ਜਿਹੜਾ ਲੋਕਾਂ ਨਾਲ ਸਾਡੀ ਪੈਰਵੀ ਕਰੇ। ਹਾਂਜੀ,
और पैरवी करने वास्ते पॉलिटिक्स ना खेडे, पैरवी करे कौम की सेवा वास्ते अगे आवे। साडी अपनी नीति चाहीदी है कि असीं इह काम हरियाणे वालियां तों कराउणे आ। ਇਹ ਕੰਮ ਅਸੀਂ 10 ਲੱਖ ਦੀ ਆਬਾਦੀ ਸਾਡੀ ਰਾਜਸਥਾਨ ਚ ਅਸੀਂ ਰਾਜਸਥਾਨ ਵਾਲਿਆਂ ਤੋਂ ਕਰਾਉਣੇ ਆ। ਜਿੱਥੇ ਵੀ ਹੈਗੇ ਆ ਕੋਈ ਆਲ ਇੰਡੀਆ ਲੈਵਲ ਤੇ ਅਸੀਂ ਸਿੱਖਾਂ ਨੂੰ ਇਕੱਠੇ ਕਰਨਾ, ਜਿਹਦੇ ਲਈ ਮੈਂ ਉਦਮ ਕਰ ਰਿਹਾ ਸੀਗਾ ਕਿ ਅਸੀਂ ਇੱਕ ਮਨੋਰਟੀ ਜਿਹੜੀ ਹੈ ਨਾ ਮਨੋਰਟੀ ਕਮਿਸ਼ਨ ਸਾਲ ਚ ਘੱਟੋ ਘੱਟ 3 ਵਾਰੀ ਪੂਰੇ ਦੇਸ਼ ਦੇ ਸਿੱਖਾਂ ਨੂੰ ਇਕੱਠਾ ਕਰਿਆ ਕਰੀਏ, ਤਾਂ ਕਿ ਅਸੀਂ ਮਿਲ ਕੇ ਇਹਨਾਂ ਨਾਲ ਕੰਮ ਕਰੀਏ। ਅਸੀਂ ਸਾਨੂੰ ਇਸ ਪਾਸੇ ਦੀ ਸੰਸਥਾਵਾਂ ਬਣਾਉਣੀਆਂ ਪੈਣਗੀਆਂ। ਇੱਕ ਸਰ ਲਾਲਪੁਰ ਸਾਹਿਬ, ਜਿਹੜਾ ਮਨੋਰਟੀ ਕਮਿਸ਼ਨ ਦਾ ਜਿਹਦੇ ਤੁਸੀਂ ਚੇਅਰਮੈਨ ਰਹੇ ਹੋ, ਉਹਦੇ ਬਾਰੇ ਵੀ ਲੋਕਾਂ ਨੂੰ ਬਹੁਤ ਘੱਟ ਪਤਾ। ਇੰਨਾ ਕੁ ਪਤਾ ਕਿ ਜਦੋਂ ਕਿਸੇ ਨਾਲ ਕੋਈ ਡਿਸਕ੍ਰੀਮੀਨੇਸ਼ਨ ਹੁੰਦੀ ਹੈ, ਕੋਈ ਵਿਤਕਰਾ ਹੁੰਦਾ, ਉਹ ਸਮਝਦੇ ਨੇ ਕਿ ਕਿਸਮ ਦਾ ਇੱਕ ਸ਼ਿਕਾਇਤ ਨਿਵਾਰਨ ਦਫ਼ਤਰ ਹੈ ਉਹਨਾਂ ਦੇ ਹਿਸਾਬ ਨਾਲ। ਲੇਕਿਨ ਜਿਵੇਂ ਤੁਸੀਂ ਹੁਣ ਇਹਨੂੰ ਬਿਆਨ ਕਰ ਰਹੇ ਹੋ, ਉਹਦੇ ਵਿੱਚ ਬੜਾ ਵੱਡਾ ਪੋਟੈਂਸ਼ੀਅਲ ਹੈ। ਤੇ ਅਸੀਂ ਲੋਕ ਜਿਹੜੇ ਮਨੋਰਟੀ ਗਰੁੱਪ ਦੇ ਹੈ, ਜੇ ਅਸੀਂ ਸੱਚੀ ਮੁੱਚੀ ਆਪਣੀ ਸਾਡੀ ਕੋਈ ਸੰਸਥਾ ਉਸ ਕਿਸਮ ਦੀ ਹੋਵੇ ਔਰ ਉਹਦੇ ਚ ਇੰਟਲੈਕਚੁਅਲ ਹੋਣ ਤੇ ਉਹਦਾ ਫਾਇਦਾ ਲੈਣਾ ਚਾਹੁੰਦੇ ਹੋਣ ਔਰ ਆ ਰਹੀ ਜਨਰੇਸ਼ਨ ਨੂੰ ਉਹ ਤਿਆਰ ਕਰਨਾ ਚਾਹੁੰਦੇ ਹੋਣ, ਕਿੰਨਾ ਵਧੀਆ ਅਵਸਰ ਹੈ ਉਹਦੇ ਵਿੱਚ। ਲੇਕਿਨ ਸੱਚੀ ਮੁੱਚੀ ਜਿਵੇਂ ਤੁਸੀਂ ਹੁਣੇ ਫਰਮਾਇਆ, ਸਾਡਾ ਇਸ ਪਾਸੇ ਨਾ ਕੋਈ ਧਿਆਨ ਹੈ, ਨਾ ਸਾਨੂੰ ਕੋਈ ਉਸ ਗੱਲ ਦੀ ਸਮਝ ਹੈ। ਅਸੀਂ ਉਹ ਸਿਰਫ ਐਵੇਂ ਉਹ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਵਿਤਕਰੇ ਵਾਲੀਆਂ ਲਾ ਕੇ ਤੇ ਉਹ ਵੀ ਬਣਾ ਕੇ ਤੇ ਉਹ ਆਇਆ, ਤੇ ਉਹਦੇ ਵਿੱਚ ਪਰਸੈਪਸ਼ਨ ਬਹੁਤ ਜ਼ਿਆਦਾ ਹੈ, ਸੱਚ ਬਹੁਤ ਥੋੜਾ ਹੈ। ਜੀ ਮਾਨ ਸਾਹਿਬ, ਪ੍ਰਾਇਮਰੀ ਤੋਂ ਲੈ ਕੇ PhD ਤੱਕ ਅਸੀਂ ਲੋੜਵੰਦ ਵਿਦਿਆਰਥੀਆਂ ਨੂੰ ਸਟਾਈਫੰਡ ਵੀ ਦਿੰਦੇ ਹਾਂ, ਸਕਾਲਰਸ਼ਿਪ ਵੀ ਦਿੰਦੇ ਹਾਂ, ਨੰਬਰ 1। ਨੰਬਰ 2, ਜੇ ਕਿਸੇ ਨੇ ਵਿਦੇਸ਼ ਜਾਣਾ ਤੇ ਉਹਨੂੰ ਉੱਥੇ ਐਡਮਿਸ਼ਨ ਮਿਲਦੀ ਹੈ, ਉਹਨੂੰ 15 ਲੱਖ ਰੁਪਏ ਦਾ ਲੋਨ ਵੀ ਦਿੰਦੇ ਹਾਂ, ਜਿਹਦੀ 6 ਮਹੀਨੇ ਕਿਸ਼ਤ ਨਹੀਂ ਦੇਣੀ ਤੇ 6% ਇੰਟਰਸਟ ਹੈਗਾ। ਤੇ ਜੇ ਕੋਈ ਬੰਦਾ IAS ਕਰਦਾ ਹਾਂਜੀ ਔਰ ਉਹ ਪ੍ਰੀਲਿਮਿਨਰੀ ਪਾਸ ਕਰਦਾ, ਉਹਨੂੰ ਸੈਕੰਡ ਜਿਹੜਾ ਐਗਜ਼ਾਮ ਅਗਲੇ ਵਾਸਤੇ ਤਿਆਰੀ ਕਰਨ ਲਈ ਅਸੀਂ ਸਕਾਲਰਸ਼ਿਪ ਦਿੰਦੇ ਹਾਂ, ਕੋਈ ਵੀ ਮੈਜੋਰਟੀ ਦਾ ਹੋਵੇ। ਉਸ ਤੋਂ ਬਾਅਦ ਜਿਹੜਾ ਕਿਸੇ ਨੇ ਕੋਈ ਹੁਨਰ ਸਿੱਖਣਾ, ਉਹਨੂੰ ਹੁਨਰ ਸਿੱਖਣ ਲਈ ਪੈਸੇ ਦਿੰਦੇ ਆ, ਜਿਹੜਾ ਹੁਨਰ ਸਿਖਾਏਗਾ ਉਹਨੂੰ ਪੈਸੇ ਦੇਵਾਂਗੇ। ਜਿਹੜਾ 20 ਲੱਖ ਦਾ ਕਰਜ਼ਾ ਕੇਵਲ 6% ਇੰਟਰਸਟ ਤੇ, ਜਿਹਦੇ ਜੇ ਕੋਈ ਬੀਬੀ ਨੇ ਅਪਲਾਈ ਕੀਤਾ ਤੇ 3% ਵਿਆਜ ਤੇ, 30 ਲੱਖ ਦਾ ਕਰਜ਼ਾ 8% ਵਿਆਜ ਤੇ। ਤੇ ਜਿਹੜਾ ਹੁਣ ਤੁਸੀਂ ਦੱਸੋ, ਜਿਹੜਾ 3% ਵਿਆਜ ਜਿਹੜਾ ਸ਼ਾਹੂਕਾਰ ਦਾ ਹੈ ਉਹ ਮਹੀਨੇ ਦਾ ਘੱਟੋ ਘੱਟ ਹਾਂਜੀ, ਇਹ ਸਾਲ ਦਾ ਹੈਗਾ। ਫਿਰ ਅਗਲੀ ਗੱਲ, ਜਿਹੜਾ ਮਾਲ ਤਿਆਰ ਹੁੰਦਾ ਉਹਨੂੰ ਵੇਚਣ ਲਈ ਵੀ ਅਸੀਂ ਹੁਨਰ ਹਾਟ ਲਾਉਂਦੇ ਹਾਂ ਹਾਂਜੀ, ਉਹ ਸਾਰੇ ਦੇਸ਼ ਵਿੱਚ ਬਲਕਿ ਵਿਦੇਸ਼ਾਂ ਤੱਕ ਉਹਨੂੰ ਵੇਚਣ ਦਾ ਵੀ ਇੰਤਜ਼ਾਮ ਕਰੀਦਾ, ਤਾਂ ਕਿ ਇਹਨੂੰ ਲੋਕਾਂ ਦੇ ਵਿੱਚ ਪੇਸ਼ ਕੀਤਾ ਜਾਵੇ। ਕੁਝ ਕੰਮ ਤਾਂ ਇੰਨੇ ਕ ਹੈ, ਜੇ ਅਸੀਂ ਕਮੇਟੀਆਂ ਬਣਾਈਏ ਨਾ, ਹਰ ਇੱਕ ਨੂੰ ਨਾਲ ਮਿਲ ਕੇ ਲੈ ਕੇ ਚੱਲੀਏ ਤੇ ਗੱਲ ਕਰੀਏ ਤੇ ਮਸਲਾ ਹੱਲ ਹੋ ਸਕਦਾ ਔਰ ਕਰਨਾ ਪਏਗਾ। ਬਿਲਕੁਲ ਬਿਲਕੁਲ ਜੀ। ਤੇ ਮੈਂ ਤਾਂ ਹੁਣ ਦੱਖਣੀ ਸਿੱਖ ਸੀਗੇ, ਉਹਨਾਂ ਦਾ ਮੈਂ ਕਮੇਟੀ ਬਣਾਈ ਉੱਥੇ, ਬ੍ਰਿਗੇਡੀਅਰ ਗੋਠਾ ਨੂੰ ਲਾਇਆ ਸੀਗਾ, ਹੋਰ ਵੀ ਜੱਜ ਸਾਹਿਬ ਇੱਕ ਲਾਏ ਕਿ ਉਹਨਾਂ ਨੂੰ ਜਿਹੜੇ ਸਾਡੇ ਇਹਨਾਂ ਨੂੰ ਵਿਚਾਰਿਆਂ ਨੂੰ ਸਿਕਲੀਗਰ ਪੰਜਾਰਿਆਂ ਨੂੰ ਚੰਗੇ ਕੰਮ ਵਾਸਤੇ ਲਾਇਆ ਜਾਵੇ। ਬਿਲਕੁਲ, ਇਹ ਵੀ 9 ਸਟੇਟਾਂ ਚ ਬੈਠੇ ਆ। ਮੈਨੂੰ ਹੈਰਾਨੀ ਹੋਈ, ਕੋਈ ਬੰਦਾ ਬਾਹਰ ਤਾਂ ਅਖਬਾਰਾਂ ਚ ਬਿਆਨ ਆ ਜਾਂਦੇ ਆ, ਤੁਸੀਂ ਆਓ ਨਾ ਇਕੱਠੇ ਮਿਲ ਕੇ ਕੰਮ ਕਰੀਏ। ਠੀਕ ਆ, ਇੰਡੀਆ ਦੇ ਵਿੱਚ ਕੰਮ ਕਰਨ ਵਾਲਾ, ਇੰਡੀਆ ਦੇ ਵਿੱਚ ਆ ਕੇ ਲੋਕਾਂ ਨੂੰ ਆਪਣੇ ਆਰਗੈਨਿਕ ਫਾਰਮਿੰਗ ਦੇ ਵਿੱਚ ਜਿਹੜਾ ਨੰਬਰ 1 ਹੈਗਾ ਤੁਹਾਡਾ ਸਿੱਕਮ, ਪੰਜਾਬ ਸਾਡੇ ਕਿਉਂ ਨੀ ਆਰਗੈਨਿਕ ਫਾਰਮਿੰਗ ਵਾਲੇ ਪਾਸੇ ਅਸੀਂ ਜਾਂਦੇ? ਇੰਨਾ ਸਾਡੇ ਬੜੇ ਸਾਡੇ ਸਿੱਖ ਭਰਾ ਬਾਹਰ ਬੈਠੇ ਆ, ਇਹਨਾਂ ਨੂੰ ਮੈਂ ਅਪੀਲ ਕਰਦਾ ਕਿ ਲਿਆਓ ਨੌਲੇਜ ਇੱਥੇ, ਆਪਾਂ ਉਹਨੂੰ ਯੂਜ਼ ਕਰੀਏ ਨੌਲੇਜ ਨੂੰ। ਚੀਫ ਖਾਲਸਾ ਦੀਵਾਨ ਦੀਆਂ 50 ਇੰਸਟੀਟਿਊਸ਼ਨ ਹੈਗੀਆਂ ਨੇ ਐਜੂਕੇਸ਼ਨਲ, ਉਹਨਾਂ ਦੇ ਵਿੱਚ ਅਸੀਂ ਇਸ ਤਰ੍ਹਾਂ ਦੇ ਕੰਮ ਸ਼ੁਰੂ ਕਰੀਏ, ਬੱਚੇ ਆ ਕੇ ਆਪਣੇ ਆਪ ਨੂੰ ਜਿਹੜੇ ਹੈ ਨਾ ਜਿਹੜੇ ਟੀਚਰ ਹੈਗੇ ਆ
ਉਹ ਇਹਨਾਂ ਨੂੰ ਨਵੀਂ ਲੇਟੈਸਟ ਐਜੂਕੇਸ਼ਨ ਦੇ ਵਿੱਚ ਹੈਲਪ ਕਰੋ। ਸਾਨੂੰ ਜਿਹੜੀ ਹੈਲਪ ਚਾਹੀਦੀ ਹੈ ਉਹ ਤਾਂ ਇਹ ਹੈ ਕਿ ਸਾਡਾ ਜਿਹੜਾ ਨੌਜਵਾਨ ਹੈ ਉਹ ਪੰਜਾਬ ਛੱਡ ਕੇ ਬਾਹਰ ਨੂੰ ਨਾ ਭੱਜੇ। ਜੇ ਪੰਜਾਬ ਖਾਲੀ ਹੋ ਜਾਏਗਾ ਤੇ ਫੇਰ ਬੜੀ ਮੁਸ਼ਕਿਲ ਹੋ ਜਾਏਗੀ। ਫਿਰ ਮੈਂ ਤਾਂ ਕੱਲ ਪਰਸੋਂ ਲਿਖਿਆ ਵੀ ਸੀ ਕਿ ਹੋਰ ਜਗ੍ਹਾ ਤਾਂ ਕੋਈ ਸਾਡਾ ਇਹ ਗੁਰੂ ਦਾ ਧਰਮ ਬਣਾਇਆ ਹੋਇਆ, ਇਹ ਖੰਡੇ ਦੀ ਪਾਹੁਲ ਚੋਂ ਨਿਕਲਿਆ ਧਰਮ ਹੈ, ਇਹ ਖਤਮ ਨੀ ਹੋਣਾ। ਕਿਤੇ ਬੁੱਧ ਧਰਮ ਵਾਂਗੂ ਪੰਜਾਬ ਚੋਂ ਨਾ ਨਿਕਲ ਜਾਏ ਹਿੰਦੁਸਤਾਨ। ਕੀ ਬਾਤ ਹੈ, ਬਿਲਕੁਲ। ਹਾਂਜੀ, ਉਹਦੇ ਲਈ ਆਪਾਂ ਨੂੰ ਉਦਮ ਕਰੀਏ, ਸਾਰੇ ਲੋਕ ਮਿਲੀਏ, ਮਿਲ ਕੇ ਕੰਮ ਕਰੀਏ, ਵਕਤ ਦੀ ਸਰਕਾਰ ਨਾਲ ਮਿਲ ਕੇ ਚੱਲੀਏ, ਉਹਨਾਂ ਦਾ ਫਾਇਦਾ ਉਠਾਈਏ। ਪੁਰਾਣੇ ਜਿਹੜੇ ਆ ਸਰ ਕਪੂਰ ਸਿੰਘ ਨੇ ਵੀ ਕਿਤੇ ਲਿਖਿਆ ਸੀ ਵੀ ਹੁਣ ਜੇ ਤੁਸੀਂ ਹਿੰਦੁਸਤਾਨ ਦੇ ਵਿੱਚ ਆ ਗਏ ਹੋ ਤਾਂ ਮਿਲ ਕੇ ਕੇਂਦਰ ਸਰਕਾਰ ਦੇ ਨਾਲ ਆਪਣਾ ਰਾਸਤਾ ਬਣਾ ਕੇ ਤੇ ਕੰਮ ਕਰੀਏ ਅੱਗੇ। ਐਜੀਟੇਸ਼ਨ ਕਰਦੇ ਆ ਤੇ ਰਿਜ਼ਲਟ ਜ਼ੀਰੋ ਆ। ਕਿਸਾਨੀ ਦੇ ਵਿੱਚ ਇੰਨਾ ਨੁਕਸਾਨ, ਮੈਂ ਕੋਈ ਹੱਸ ਰਿਹਾ ਸੀ ਮੇਰੇ ਨਾਲ ਗੱਲ ਕਰ ਰਿਹਾ ਸੀ ਜੀ 700 ਕਿਸਾਨ 750 ਆਪਣੀ ਜਾਨ ਖੋ ਗਿਆ। ਮੈਂ ਕਿਹਾ ਆਪਾਂ ਨੂੰ ਸੌਦਾ ਇਹਦਾ ਨੀ ਹੈਗਾ, ਅਸੀਂ ਤਾਂ ਲੱਖਾਂ ਦਾ ਮੰਗਣਾ ਹਿਸਾਬ। ਤੇ ਉਹ ਬੰਦੇ ਦੱਸੋ ਜਿਹੜੇ ਤੁਸੀਂ ਮਰਜੀਵੜੇ ਬਣਾ ਕੇ ਹਜ਼ਾਰਾਂ ਬੱਚੇ ਮਰਵਾਏ ਧਰਮ ਯੁੱਧ ਦੇ ਵਿੱਚ, ਉਹਦਾ ਜਵਾਬ ਕੌਣ ਦੇਗਾ? ਕੀ ਬਾਤ ਹੈ, ਅਕਾਲ ਤਖ਼ਤ ਦਾ ਢੇਰੀ ਕਰਾਇਆ, ਉਹਦਾ ਜਵਾਬ ਕਿਹਨੇ ਦੇਣਾ? ਠੀਕ ਆ, ਤੁਸੀਂ ਐਜੂਕੇਸ਼ਨ ਸ਼ੁਰੂ ਕਰਕੇ ਮੁੜ ਕੇ ਭੱਜ ਜਾਂਦੇ ਹੋ। ਹਾਂਜੀ, ਤੇ ਲੋਕਾਂ ਦੇ ਨੌਜਵਾਨ ਮਰਦੇ ਆ। ਮੈਂ ਤਾਂ ਉਸ ਦਿਨ ਵੀ ਕਿਹਾ ਸੀਗਾ ਕਿ 19 ਸਤੰਬਰ ਨੂੰ ਭਾਈ ਕਾਨੂੰਨ ਹੁਣ ਵਾਪਸ ਹੋ ਗਿਆ, ਡਿਬੇਟ ਹੋਈ ਹੈ 1.5 ਸਾਲ ਤੱਕ ਹਰ ਲੈਵਲ ਤੇ। ਲੈਟ ਅਸ ਕਮ ਆਊਟ ਵਿਦ ਅ ਬੈਟਰ ਲਾਅ ਫਾਰ ਦੀ ਫਾਰਮਿੰਗ, ਐਂਡ ਜੇ ਸਟੇਟ ਸਬਜੈਕਟ ਹੈ ਤਾਂ ਸਟੇਟ ਦੀ ਅਸੈਂਬਲੀ ਚ ਪਾਸ ਕਰਕੇ ਜਾਇਓ। ਠੀਕ, ਤੁਸੀਂ 1.5 ਮਹੀਨਾ ਹਲੇ ਹੈਗਾ, ਅਸੈਂਬਲੀ ਚ ਪਾਸ ਕਰ ਦਿੰਦੇ। ਔਰ ਖੇਤੀਬਾੜੀ ਨੂੰ ਲਾਹੇ ਵਹਿੰਦੀ ਧੰਦਾ ਬਣਾਉਣ ਵਾਸਤੇ ਬਹੁਤ ਕੁਝ ਕਰਨ ਦੀ ਲੋੜ ਹੈ, ਔਰ ਉਹਦੇ ਵਾਸਤੇ ਸਮਾਂ ਜਿਹੜਾ ਹੈਗਾ ਉਹ ਤੁਹਾਡੇ ਕੋਲ ਦੀ ਨਿਕਲਦਾ ਜਾ ਰਿਹਾ ਹੈ ਜੇ ਉਹਦੇ ਬਾਰੇ ਕੁਛ ਨਾ ਕੀਤਾ ਜਾਵੇ, ਔਰ ਉਹੋ ਜਿਹੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ। ਹਾਂ, ਸਲੋਗਨਸ ਜਿਹੜੇ ਹੈਗੇ ਨੇ ਉਹ ਜ਼ਰੂਰ ਹੈਗੇ ਨੇ, ਔਰ ਖਾਸ ਕਰਕੇ ਕੁਝ ਤਾਂ ਉਹ ਨੇ ਜਿਹੜੇ ਐਕਸਟ੍ਰੀਮ ਕਿਸਮ ਦੀਆਂ ਗੱਲਾਂ ਜਿਹੜੀਆਂ ਕਰਕੇ ਤੇ ਉਹਦੇ ਵਿੱਚ ਉਹਨਾਂ ਨੂੰ ਥੋੜੀ ਜਿਹੀ ਆਡੀਅੰਸ ਜਿਹੜੀ ਹੈਗੀ ਜ਼ਰੂਰ ਮਿਲ ਜਾਂਦੀ ਹੈ, ਪਰ ਉਹਦੇ ਵਿੱਚ ਸੌਰਿਆ ਕੀ ਹੈ, ਕੌਮ ਦਾ ਬਣਿਆ ਕੀ ਹੈ, ਔਰ ਪੰਜਾਬ ਦਾ ਕੀ ਕੀ ਫਾਇਦਾ ਹੋਇਆ ਉਹਦਾ? ਗੱਲ ਤਾਂ ਇਹੀ ਹੈ ਜੀ ਮਾਨ ਸਾਹਿਬ, ਜਿਹੜੀ ਫੈਸਲਾ ਮੋਤੀ ਲਾਲ ਨਹਿਰੂ ਰਿਪੋਰਟ ਕੀਤਾ ਸੀ ਫਿਰ ਸਿੱਖਾਂ ਨੂੰ ਕੁਛ ਨੀ ਮਿਲਣਾ ਆਜ਼ਾਦੀ ਤੋਂ ਬਾਅਦ। ਹਾਂਜੀ, ਉਦੋਂ ਫਿਰ ਬਾਅਦ ਗੱਲ ਕੀਤੀ ਗਾਂਧੀ ਨੇ ਵੀ ਤੇ ਸਰ ਪਟੇਲ ਨੇ ਵੀ ਤੇ ਇਹਨਾਂ ਨੇ ਕਿ ਅਸੀਂ ਜਵਾਹਰ ਲਾਲ ਨਹਿਰੂ ਨੇ ਕਿ ਐਸਾ ਖਿੱਤਾ ਬਣਾ ਦਿਆਂਗੇ ਜਿੱਥੇ ਇਹ ਆਜ਼ਾਦੀ ਦਾ ਨਿੱਘ ਮਾਣ ਸਕਣਗੇ ਉੱਤਰ ਤੇ ਨੌਰਥ ਦੇ ਵਿੱਚ, ਤੇ ਉਹ ਅਸੀਂ ਉਹ ਨਿੱਘ ਮਾਣ ਦੇ ਹਲੇ ਤਾਈ ਜਿੱਥੇ ਵੀ ਆਏ ਲੜਦੇ ਹੀ ਆਏ ਆ, ਤੇ ਲੜਕੇ ਪ੍ਰਾਪਤੀ ਸਾਡੀ ਜ਼ੀਰੋ ਹੈ। ਠੀਕ ਆ, ਕੋਈ ਇੱਕ ਤਾਂ ਦੱਸੇ ਨਾ ਕਿ ਆਹ ਪ੍ਰਾਪਤੀ ਹੋਈ, ਔਰ ਤੁਹਾਨੂੰ ਕੌਣ ਲੱਗ ਗਿਆ? ਚੰਗੇ ਭਲੇ ਦਾੜੀ ਕੇਸਾ ਵਾਲੇ ਜਿਹੜੇ ਆ ਨਾ ਉਹ ਬੈਪਟਾਈਜ਼ ਹੋ ਰਹੇ ਆ। ਠੀਕ ਆ, ਹਾਂਜੀ, ਔਰ ਉਹਨਾਂ ਨੂੰ ਮਾੜੀ ਗੱਲ ਇਹ ਹੈ ਕਿ ਇੰਨੀ ਕੋਈ ਹਿੰਮਤ ਨੀ ਰੱਖਦਾ ਕਹਿਣ ਦੀ ਕਿ ਇਹ ਬਈ ਭਾਈ ਤੁਸੀਂ ਕਨਵਰਸ਼ਨ ਕਿਉਂ, ਇਹ ਗਲਤ ਕਨਵਰਸ਼ਨ ਹੋ ਗਈ। ਔਰ ਇਹਦੇ ਵਿੱਚ ਇਹ ਵੀ ਮਤਲਬ ਆਪਾਂ ਨੂੰ ਆਪਣਾ ਨੁਕਸ ਮੰਨ ਲੈਣਾ ਚਾਹੀਦਾ ਹੈ, ਅਸੀਂ ਜਿਹੜੀ ਜਥੇਬੰਦੀ ਕੋਲੋਂ ਕੋਈ ਚੀਜ਼ਾਂ ਜਿਹੜੀਆਂ ਇਹੋ ਜਿਹੀਆਂ ਚਾਹੁੰਦੇ ਸਾਂ ਜਾਂ ਜਿਨ੍ਹਾਂ ਦਾ ਮਨੋਰਥ ਇਹ ਸੀ, ਉਹਨਾਂ ਵੱਲੋਂ ਕੋਈ ਇਸ ਕਿਸਮ ਦਾ ਨਿੱਗਰ ਉਪਾਅ ਜਿਹੜੇ ਨੇ ਹੁਣ ਤੱਕ ਕਦੀ ਨਜ਼ਰ ਨਹੀਂ ਆਇਆ। ਠੀਕ ਹੈ, ਉਹ ਮਤਲਬ ਐਕਸਾਈਟ ਕਰਕੇ ਇਲੈਕਸ਼ਨਾਂ ਲੜ ਲਈਆਂ, ਸ਼ਾਇਦ ਕੁਝ ਵਾਰੀ ਸਰਕਾਰਾਂ ਵੀ ਬਣਾ ਲਈਆਂ, ਪਰ ਉਹਦਾ ਤਾਂ ਫਾਇਦਾ ਕੁ ਫਾਇਦਾ ਆਪਾਂ ਵੇਖ ਹੀ ਲਿਆ ਸਾਰਾ ਵੀ ਕਿੰਨਾ ਕੁ ਆਮ ਜਨਤਾ ਦਾ ਉਹਦੇ ਚ ਸਟੈਂਡਰਡ ਆਫ ਲਿਵਿੰਗ ਕਿੰਨਾ ਕੁ ਵਧੀਆ ਹੈ। ਹਾਂ, ਇਹ ਠੀਕ ਹੈ ਵੀ ਉਹਦੇ ਜਿਹੜੇ ਮੁੱਖ ਲੀਡਰ ਨੇ ਉਹ ਅਰਬਪਤੀ ਖਰਬਪਤੀ ਹੋ ਗਏ, ਸਾਨੂੰ ਇਹ ਵੀ ਨਹੀਂ ਅੱਜ ਸਮਝ ਆ ਰਹੀ ਵੀ ਸੱਚੀ ਮੁੱਚੀ ਜੇ ਉਹ ਸਾਡੇ ਹੈਗੇ ਨੇ ਨੇਤਾ ਤਾਂ ਫਿਰ ਉਹਨਾਂ ਦਾ ਸਟੈਂਡਰਡ ਜਿੰਨਾ ਉੱਚਾ ਹੋਇਆ ਇੱਕ ਆਮ ਸ਼ਹਿਰੀ ਦਾ ਪੰਜਾਬ ਦੇ ਦਾ ਕਿਉਂ ਨਹੀਂ ਹੋਇਆ? ਦੇਖੋ, ਇਹਦਾ ਕਾਰਨ ਕੀ ਹੈ ਜੀ, ਅਸੀਂ ਪਹਿਲਾਂ ਨਾ ਇਹ ਸਮਝਣਾ ਪਏਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਇਹ ਗੁਰਦੁਆਰਾ ਪ੍ਰਬੰਧ ਲਈ ਬਣੀ ਸੀ, ਧਰਮ ਪ੍ਰਚਾਰ ਲਈ ਤਾਂ 1956 ਦੇ ਵਿੱਚ ਇਹਦੇ ਚ ਅਮੈਂਡਮੈਂਟ ਹੋਈ ਹੈ
ਤੇ ਅਸੀਂ ਕਦੇ ਧਰਮ ਪ੍ਰਚਾਰ ਆਲੇ ਪਾਸੇ ਮਾਫ਼ ਕਰਨਾ, ਆਪ ਜੀ ਵੀ ਪੰਜਾਬ ਚ ਰਹਿ ਕੇ ਗਏ ਹੋ, ਕਦੇ ਤੁਹਾਨੂੰ ਕੋਈ ਪ੍ਰਚਾਰਕ ਮਿਲਿਆ? ਪ੍ਰਚਾਰਕ ਹੀ ਨਹੀਂ ਬਲਕਿ ਮੈਂ ਤਾਂ ਇਹ ਵੀ ਵੇਖਿਆ ਜਿਹੜਾ ਬਿਲਕੁਲ ਵੀ ਉਹ ਹੀ ਧਰਮ ਪ੍ਰਚਾਰ ਵਾਲੀਆਂ ਜਿਹੜੀਆਂ ਮੋਟਰਾਂ ਨੇ, ਵਹੀਕਲਸ ਹੈਗੇ ਨੇ, ਉਹਨਾਂ ਦੇ ਉੱਪਰ ਜਿਹੜੇ ਉਦੋਂ ਉੱਥੇ ਪੋਲੀਟੀਸ਼ੀਅਨ ਹੁੰਦੇ ਨੇ ਉਹਨਾਂ ਦੇ ਪੰਫਲੇਟ ਵੰਡੇ ਜਾਂਦੇ ਨੇ ਉਹਨਾਂ ਦੇ ਨਾਮ। ਧਰਮ ਪ੍ਰਚਾਰ ਦਾ ਜਿਹੜਾ ਮਨੋਰਥ ਹੈ ਉਹ ਸਿਰਫ ਇੰਨਾ ਹੀ ਹੈ। ਬਿਲਕੁਲ ਬਿਲਕੁਲ, ਦੇਖੋ ਸਾਡੇ ਲਈ ਤਾਂ ਕਿੱਡੀ, ਤੁਸੀਂ ਵੀ ਦੇਖਿਆ ਹੋਣਾ ਬੜਾ ਦੁਨੀਆਂ ਘੁੰਮੀ ਹੈ ਕਿ ਚਰਚ ਦੇ ਵਿੱਚ ਬਹੁਤ ਸਾਰੇ ਲੋਕ ਜਾਂਦੇ ਆ। ਕੀ ਕਦੇ ਚਰਚ ਨੇ ਵੀ ਫੋਟੋ ਪਾਈ ਹੈ ਵੀ ਅੱਜ ਇੱਥੇ ਜਿਹੜਾ ਰਾਸ਼ਟਰਪਤੀ ਹੋ ਕੇ ਗਏ ਆ? ਸਾਡੇ ਇੱਕ ਰੋਜ਼ ਖਬਰ ਲੱਗਦੀ ਹੈ ਫਲਾਣਾ ਐਕਟਰ ਜਿਹੜਾ ਉਹ ਦਰਬਾਰ ਸਾਹਿਬ ਮੱਥਾ ਟੇਕ ਕੇ। ਇਹ ਠੀਕ ਹੈ, ਐਕਟਰ ਦੀ ਕਿੰਨੀ ਕੁ ਵੱਡੀ ਇੰਪੋਰਟੈਂਸ ਹੈ। ਹਾਂ ਇਹ ਠੀਕ ਹੈ ਉਹ ਸਾਡੇ ਰੋਲ ਮਾਡਲ ਹੀ ਨਹੀਂ ਨਾ ਜੀ, ਗੱਲ ਉਹੀ ਪ੍ਰੋਬਲਮ ਹੈ। ਇਹੀ ਤੁਸੀਂ ਜਿਵੇਂ ਪਹਿਲਾਂ ਕਹਿ ਬੈਠੇ ਹੈਗੇ ਹੋ ਔਰ ਬਿਲਕੁਲ ਦਰੁਸਤ ਹੈ ਉਹ, ਕਿ ਵਾਕਈ ਇਉਂ ਲੱਗੀ ਜਾਂਦਾ ਹੈਗਾ ਵੀ ਇਸ ਗਰੁੱਪ ਨੂੰ ਰਿਪ੍ਰਜੈਂਟ ਕਰਨ ਵਾਸਤੇ ਇੱਕ ਰਹਿਣੀ ਵਾਲਾ ਜਿਹੜਾ ਸਿੱਖ ਹੈਗਾ ਔਰ ਉਹਦੀ ਪੂਰੀ ਰਹਿਤ ਹੋਵੇ ਔਰ ਉਹਦਾ ਪੂਰਾ ਡਿਸਿਪਲਿਨ ਹੋਵੇ ਔਰ ਇਹ ਜਿਹੜੇ ਯੂਥ ਨੇ ਉਹ ਉਹਦੇ ਵਿੱਚ ਸ਼ਾਮਲ ਹੋਣ, ਇਹ ਤਾਂ ਹੁਣ ਇੱਕ ਸੁਪਨਾ ਜਿਹਾ ਹੀ ਲੱਗੀ ਜਾਂਦਾ ਹੈਗਾ। ਉਹ ਨਹੀਂ ਲੱਗਦਾ ਗਾ ਵੀ ਇਹ ਕੁਛ ਐਸਾ ਹੋਣ ਵਾਲਾ ਔਰ ਇਹ ਇੱਕ ਤ੍ਰਾਸਦੀ ਹੋਏਗੀ ਸਾਡੀ ਕੌਮ ਵਾਸਤੇ। ਮਾਨ ਸਾਹਿਬ ਇਸ ਤਰ੍ਹਾਂ ਹੈ ਵੀ ਜਦੋਂ ਸੈਸ਼ਨ SCPC ਦੇ ਹੁੰਦੇ ਆ, ਅਸੀਂ ਕਹਿੰਦੇ ਹਾਂ ਸਾਡੀ ਇਹ ਪਾਰਲੀਮੈਂਟ ਹੈਗੀ ਆ, ਮੈਂ ਮਿੰਨੀ ਪਾਰਲੀਮੈਂਟ ਨਹੀਂ ਕਹਾਂਗਾ, ਸਿੱਖਾਂ ਦੀ ਪਾਰਲੀਮੈਂਟ ਹੈ। ਤੁਸੀਂ ਮਹੀਨੇ ਮਹੀਨੇ ਦਾ ਸੈਸ਼ਨ ਕਰੋ, ਜਿਹੜੀਆਂ ਵੀ ਸਿੱਖ ਸਮੱਸਿਆਵਾਂ ਡਿਬੇਟ ਕਰੋ, ਸਵਾਲ ਪਾਓ, ਕਿਉਂ ਨੀ ਤੁਸੀਂ ਇੱਕ ਵਧੀਆ ਪਾਰਲੀਮੈਂਟ ਬਣਾ ਕੇ ਉੱਥੇ ਡਿਬੇਟ ਕਰਦੇ। ਫਿਰ ਉਸ ਤੋਂ ਬਾਅਦ ਤੁਸੀਂ ਦੋ ਵਾਰੀ ਮਾਰਚ ਦੇ ਵਿੱਚ ਤੇ ਨਵੰਬਰ ਦੇ ਵਿੱਚ ਜਦੋਂ ਤੁਹਾਡੇ ਸੈਸ਼ਨ ਹੁੰਦੇ ਆ ਉਹਨਾਂ ਤੇ ਹੁਕਮਨਾਮੇ ਜਾਰੀ ਕਰਦੇ, ਲੋਕਾਂ ਨੂੰ ਪਤਾ ਲੱਗੇ ਕਿ ਤੁਸੀਂ ਆਹ ਸਿੱਖ ਧਰਮ ਨੇ ਆਹ ਫੈਸਲਾ ਕੀਤਾ, ਇਹ ਐਜੂਕੇਸ਼ਨ ਬਾਰੇ ਫੈਸਲਾ ਕੀਤਾ ਕਿ ਅਸੀਂ ਨਵੇਂ ਸਕੂਲ ਕਾਲਜ ਖੋਲਾਂਗੇ, ਇਹ ਫੈਸਲਾ ਕੀਤਾ ਕਿ ਅਸੀਂ IAS ਵਾਸਤੇ ਅਪਣਾਵਾਂਗੇ, ਇਹ ਫੈਸਲਾ ਕੀਤਾ ਕਿ ਅਸੀਂ ਇੰਜੀਨੀਅਰਿੰਗ ਵਾਸਤੇ ਬੱਚੇ ਕੋਟੇ ਟ੍ਰੇਨਿੰਗ ਵਾਸਤੇ ਜਾਂਦੇ ਆ ਜੀ। ਤੁਸੀਂ ਦੇਖੋ ਕੋਟਾ ਰਾਜਸਥਾਨ ਚ ਹੈ, ਜੇ ਉੱਥੇ ਬਣ ਸਕਦਾ ਹੈ ਤੇ ਪੰਜਾਬ ਚ ਕਿਉਂ ਨੀ ਬਣ ਸਕਦਾ? ਹਾਂਜੀ, ਸਾਡੇ ਕੋਲ 20 acres ਜ਼ਮੀਨ ਹੈ, ਚੀਫ ਖਾਲਸਾ ਦੀਵਾਨ ਦੇ ਸਕੂਲ ਹੈਗੇ ਆ, SDS ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅਨੰਦਪੁਰ ਸਾਹਿਬ। ਮੈਂ ਬੜੀ ਵਾਰੀ ਆਫਰ ਕੀਤੀ ਹੈ ਕਿ ਲਿਆਓ ਇੱਥੇ ਅਕੈਡਮੀ ਖੋਲੀਏ, ਆਓ ਮਿਲ ਕੇ ਕੰਮ ਕਰੀਏ, ਜੇ ਕੌਮ ਲਈ ਕਰਨਾ। ਅਸੀਂ ਭਾਰਤੀ ਜਨਤਾ ਪਾਰਟੀ ਚ ਬੈਠੇ ਹਾਂ, ਇਹਦਾ ਮਤਲਬ ਇਹ ਨਹੀਂ ਕਿ ਕਿੱਥੇ ਕਾਨੂੰਨ ਦੇ ਵਿੱਚ ਕੋਈ ਐਸਾ ਇੱਕ ਲਾਈਨ ਦੱਸਦੇ ਹੋ ਜਿੱਥੇ ਲਿਖਿਆ ਹੋਵੇ ਕਿ ਕੋਈ ਸਿੱਖ ਡੈਮੋਕ੍ਰੇਸੀ ਦੇ ਵਿੱਚ ਆਪਣੀ ਮਰਜ਼ੀ ਦੀ ਰਾਜਨੀਤਿਕ ਪਾਰਟੀ ਜੁਆਇਨ ਨਹੀਂ ਕਰ ਸਕਦਾ। ਤੁਸੀਂ ਦੱਸੋ, ਹਾਂਜੀ ਠੀਕ ਹੈ, ਜੇ ਕਾਂਗਰਸ ਤੁਸੀਂ ਜੁਆਇਨ ਕਰ ਸਕਦੇ ਹੋ, ਜੁਆਇਨ ਕਰ ਸਕਦੇ ਹੋ, ਉਹ ਤਾਂ ਨੈਸ਼ਨਲ ਪਾਰਟੀਆਂ ਨੇ, ਉਹ ਤਾਂ ਕੋਈ ਉਹ ਤਾਂ ਬਿਲਕੁਲ ਇਕੁਅਲੀ ਗੁੱਡ ਹੈ। ਯਾ ਬਿਲਕੁਲ ਜੀ, ਤੁਸੀਂ ਅਕਾਲੀ ਦਲ ਜੁਆਇਨ ਕਰ ਸਕਦੇ ਹੋ, ਤੁਸੀਂ ਕੋਈ ਪਾਰਟੀ ਜੁਆਇਨ ਕਰ ਸਕਦੇ ਹੋ, ਫਿਰ ਇਹ ਪਾਬੰਦੀ ਭਾਰਤੀ ਜਨਤਾ ਪਾਰਟੀ ਦੇ ਕਿਉਂ? ਇਹ ਠੀਕ ਹੈ, ਸਹੀ ਯਾ ਤਰਕ ਨਾਲ ਸਾਬਤ ਕਰੋ ਬਿਲਕੁਲ ਵੀ ਆਹ ਗਲਤ ਹੈਗਾ। ਦੇਖੋ ਇਹ ਦੋਸਤ ਨੂੰ ਦੁਸ਼ਮਣ ਬਣਾ ਲੈਣਾ ਤੇ ਦੁਸ਼ਮਣ ਦੇ ਨਾਲ ਬੁੱਕਲ ਚ ਡੱਫੀ, ਉਹਦੇ ਮੋਹਰੇ ਹਿੰਮਤ ਨੀ ਰੱਖਣੀ ਕਹਿਣ ਦੀ। ਕਿੰਨੇ ਬੰਦੇ ਆ ਜਿਹਨਾਂ ਬਹਾਦਰਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਕਾਂਗਰਸ ਨਾਲ ਜਿਹੜਾ ਸਾਂਝ ਰੱਖੇਗਾ ਉਹ ਸਿੱਖਾਂ ਦਾ ਵੱਡਾ ਦੁਸ਼ਮਣ ਹੈ, ਜਦੋਂ ਤੱਕ ਦਿੱਲੀ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ ਜਾਂਦੀਆਂ। ਠੀਕ ਹੈ, ਇਹ ਨਹੀਂ ਕਿਹਾ ਜਾ, ਕਰਕੇ ਦਿਖਾਓ। ਇਹ ਠੀਕ ਹੈ, ਹਾਂਜੀ ਇਹ ਠੀਕ ਹੈ, ਫੇਰ ਤਾਂ ਮਰਦਾਨਗੀ ਵਾਲੀ ਗੱਲ ਹੈ। ਇਹ ਤਾਂ ਐਵੇਂ ਹੀ ਉੱਥੇ ਇਕੱਠੇ ਹੋ ਕੇ ਤੇਰੀ ਜਿਹੜਾ ਬੰਦਾ ਇੱਜ਼ਤਦਾਰ ਹੈ, ਅਸੀਂ ਸਾਨੂੰ ਆਪਦਾ ਮੁਰਦੇ ਨੂੰ ਪੂਜੇ, ਦੁਨੀਆਂ ਜਿਉਂਦੇ ਦੀ ਕੀਮਤ ਕੁਛ ਵੀ ਨਹੀਂ, ਜਿੰਨੇ ਸਾਡੇ ਵਿਦਵਾਨ ਹੋਏ ਆ, ਜਿੰਨੇ ਸਾਡੇ ਕੋਲ ਹਲੇ ਵੀ ਲੋਕ ਬੈਠੇ ਆ, ਅਸੀਂ ਇਹਨਾਂ ਦਾ ਫਾਇਦਾ ਉਠਾਈਏ। IAS ਰਿਟਾਇਰ ਹੈਗੇ ਆ, IFS ਰਿਟਾਇਰ ਹੈਗੇ ਆ, ਤੇ ਇੰਡੀਅਨ ਪੁਲਿਸ ਸਰਵਿਸ ਚੋਂ ਰਾਜਦੀਪ ਸਿੰਘ, ਨਰਿੰਦਰਪਾਲ ਔਲਖ, ਜਿਹੜੇ ਇਹ ਸਾਰੇ ਹੀ ਜਿਹੜੇ ਇਸ ਤਰ੍ਹਾਂ ਦੇ ਅੱਛੇ ਅੱਛੇ ਸਰ, ਭੁਪਿੰਦਰ ਸਿੰਘ ਜਿਹੜੇ ਭੰਦੇਰ ਸਾਹਿਬ ਹੈਗੇ ਆ, GS ਭੰਦੇਰ, ਜਿਨ੍ਹਾਂ ਨੇ ਉੱਥੇ ਨਾਂਹ ਕੀਤੀ ਸੀ ਗੋਲੀ ਚਲਾਉਣ ਤੋਂ BSF ਦੇ DIG ਬਲੂ ਸਟਾਰ ਤੋਂ ਪਹਿਲਾਂ, ਇਹ ਲੋਕ ਬੈਠੇ ਆ ਜਿੰਦੇ, ਇਹਨਾਂ ਦਾ ਫਾਇਦਾ ਉਠਾਈਏ। ਬਿਲਕੁਲ 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 ਬਿਲਕੁਲ, ਹਾਂਜੀ
ਅਸੀਂ ਜਰਨੈਲ ਬੈਠੇ ਆ ਫੌਜਾਂ ਦੇ, ਉਹਨਾਂ ਦਾ ਫਾਇਦਾ ਉਠਾਈਏ ਤੇ ਕੌਮ ਨੂੰ ਤਰੱਕੀਆਂ ਵਾਲੇ ਪਾਸੇ, ਬੁਲੰਦੀਆਂ ਵਾਲੇ ਪਾਸੇ ਲੈ ਕੇ ਚੱਲੀਏ। ਮੈਂ ਤਾਂ ਇਹੀ ਸਾਰੇ ਵੀਰਾਂ ਨੂੰ ਅਪੀਲ ਕਰਾਂਗਾ ਕਿ ਵਿਚਾਰ ਕਰੋ। ਪ੍ਰਵੋਕਿੰਗ ਹੈ ਤੁਹਾਡੀ ਗੱਲਬਾਤ, ਔਰ ਸੱਚੀ ਮੁੱਚੀ ਅੱਜ ਕਿਉਂਕਿ ਦੇਸ਼ ਵਿਦੇਸ਼ ਦੇ ਸੂਝਵਾਨ ਸਰੋਤਿਆਂ ਤੱਕ ਵੀ ਪਹੁੰਚ ਰਹੀ ਹੈ, ਗੁਰੂ ਭਲੀ ਕਰੇ ਕਿਸੇ ਨਾ ਕਿਸੇ ਚੰਗੀ ਸ਼ੁਰੂਆਤ ਦਾ ਇਹ ਸਿਲਸਿਲਾ ਜਿਹੜਾ ਹੈਗਾ ਉਹ ਬਣਨਾ ਚਾਹੀਦਾ। ਜੀ ਮਾਨ ਸਾਹਿਬ, ਅਸੀਂ ਤਾਂ ਦੇਖੋ, ਅਸੀਂ ਤਾਂ ਜਦੋਂ ਮੈਂ ਆਪਣੀ ਪਰਸਨਲ ਗੱਲ ਕਰਨਾ, ਮੈਨੂੰ 2006 ਦੇ ਵਿੱਚ ਸ਼੍ਰੋਮਣੀ ਸਿੱਖ ਸਾਹਿਤਕਾਰ ਦਾ ਅਵਾਰਡ ਦਿੱਤਾ ਸੀ। ਮੈਂ ਆਪਣੀ ਅਗਲੀ ਲਾਈਫ ਸਿੱਖ ਕੌਮ ਨੂੰ ਸਮਰਪਿਤ ਕੀਤੀ ਹੈ। ਜੀ ਜੀ ਜੀ, ਮੇਰੇ ਲਈ ਜਿਹੜੀ ਹੈ ਨਾ, ਮੇਰਾ ਕੋਈ ਆਪਣਾ ਏਜੰਡਾ ਪਰਸਨਲ ਨਹੀਂ ਹੈਗਾ। ਮਾਈ ਏਜੰਡਾ ਇਜ਼ ਟੂ ਸਰਵ ਮਾਈ ਨੇਸ਼ਨ, ਬਈ ਆਪਣੀ ਕੌਮ ਦੀ ਸੇਵਾ ਕਰਨੀ ਹੈ, ਭਾਵੇਂ ਕਲਮ ਨਾ ਕਰੀਏ ਤੇ ਭਾਵੇਂ ਕਿਸੇ ਨਾਲ ਮਿਲ ਕੇ ਕਰੀਏ। ਜਿਹੜੇ ਰਹਿੰਦੇ ਮਸਲੇ ਆ ਸਾਰੇ ਹੱਲ ਕਰਾਵਾਂਗੇ। ਮੋਦੀ ਸਾਹਿਬ ਚਾਹੁੰਦੇ ਆ ਹੱਲ ਕਰਨੇ, ਅਸੀਂ ਕੌਣ ਹੁੰਦੇ ਆ, ਅਸੀਂ ਤਾਂ ਸਿਰਫ ਪੇਸ਼ ਹੀ ਕਰਨੇ ਆ। ਬਹੁਤ ਅੱਛੇ, ਜਿਹੜਾ ਹੱਲ ਕਰਨ ਵਾਲਾ ਆ ਉਹਨਾਂ ਨੂੰ ਉਹ ਸਾਡੇ ਤੋਂ ਅੱਗੇ ਭੱਜੇ ਹੋਏ ਆ ਵੀ ਤੁਸੀਂ ਦੱਸੋ ਕਰਾਉਣਾ ਕੀ। ਬਹੁਤ ਅੱਛੇ, ਨਹੀਂ ਅੱਜ ਇਹ ਪੱਕੀ ਗੱਲ ਹੈ ਵੀ ਅਮਿਤ ਸ਼ਾਹ ਦੀਆਂ ਕੁਝ ਗੱਲਾਂ ਔਰ ਮੋਦੀ ਜੀ ਦੀਆਂ ਕੁਝ ਗੱਲਾਂ ਮੈਨੂੰ ਲੱਗਦੀ ਹੈ ਜਿਹੜੀਆਂ ਤੁਸੀਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ਨੇ ਬਹੁਤ ਸਿਗਨੀਫੀਕੈਂਟ ਨੇ, ਔਰ ਉਹਦੇ ਤੋਂ ਪਿਕਚਰ ਹੀ ਜਿਹੜੀ ਹੈਗੀ ਆ ਉਹ ਵੱਖਰੀ ਤਰ੍ਹਾਂ ਦੀ ਨਜ਼ਰ ਆਉਂਦੀ ਹੈ। ਲੇਕਿਨ ਅਨਫਾਰਚੁਨੇਟਲੀ ਉਹ ਸਾਡਾ ਜਿਹੜਾ ਬਣਾਇਆ ਹੋਇਆ ਉਹ ਫੌਗੀ ਗੱਲ ਜਿਹੜੀ ਹੈਗੀ ਆ, ਉਹ ਜਿਹੜੇ ਸ਼ਤਾਨ ਹੈਗੇ ਨੇ ਉਹ ਉਸ ਸੱਚਾਈ ਨੂੰ ਜ਼ਾਹਰ ਨਹੀਂ ਹੋਣ ਦੇਣਾ ਚਾਹੁੰਦੇ, ਬਸ ਇਹੀ ਗੱਲ ਹੈ। ਔਰ ਮੈਨੂੰ ਬੜੀ ਖੁਸ਼ੀ ਹੈ ਤੁਹਾਡੇ ਨਾਲ ਦੱਸਣ ਵਾਸਤੇ ਵੀ ਅੱਜ ਮੇਰੀ ਟੀਮ ਦੇ ਮੈਂਬਰ ਜਿਨ੍ਹਾਂ ਦੇ ਵਿੱਚ ਸੰਤੋਖ ਗਿੱਲ ਜੀ ਨੇ ਔਰ ਇਸ ਤੋਂ ਇਲਾਵਾ ਕੌਣ ਨੇ ਜੀ, ਸਤਵਿੰਦਰ ਰਾਜਪਾਲ ਜੀ ਅਤੇ ਅਮਨਦੀਪ ਵੀ, ਉਹ ਉਹਨਾਂ ਨੂੰ ਜਦੋਂ ਕੋਈ ਇਹੋ ਜਿਹੀ ਗੱਲ ਲੱਗਦੀ ਹੈਗੀ ਹੈ ਵੀ ਅੱਜ ਸੁਣਨ ਵਾਲੀ ਹੈਗੀ ਹੈ, ਉਹ ਆਪਣਾ ਕੰਮ ਛੱਡ ਕੇ ਸੁਣ ਰਹੇ ਨੇ ਸਾਰੀ ਗੱਲ ਨੂੰ, ਔਰ ਬਹੁਤ ਚੰਗਾ ਲੱਗਿਆ, ਬਹੁਤ ਹੀ ਚੰਗਾ ਲੱਗਿਆ। ਔਰ ਮੇਰਾ ਜੀ ਕਰਦਾ ਹੈਗਾ ਵੀ ਗੁਰੂ ਭਲੀ ਕਰੇ ਜਲਦੀ ਕਿਸੇ ਨਾ ਕਿਸੇ ਇੱਕ ਅੱਧੇ ਹੋਰ ਸੈਸ਼ਨ ਨੂੰ ਪਲਾਨ ਕਰਾਂਗੇ, ਕਿਉਂਕਿ ਅੱਜ ਮੈਂ ਮਸਲਾ ਜਿਹੜਾ ਸੀ ਫੋਕਸ ਇੱਕ ਗੱਲ ਦੇ ਉੱਪਰ ਰੱਖਿਆ ਹੋਇਆ ਸੀ। ਮੈਨੂੰ ਲੱਗਦਾ ਸੀ ਵੀ ਇਹ ਅੱਜ ਜੇ ਇਹ ਇਹਦੇ ਚ ਸਪਸ਼ਟਤਾ ਵੀ ਆ ਗਈ ਤੇ ਮੈਂ ਸਮਝਦਾ ਵੀ ਸਾਡਾ ਇੱਕ ਜਰਨਲਿਜ਼ਮ ਦਾ ਇੱਕ ਜਿਹੜਾ ਮਨੋਰਥ ਹੈ ਉਹ ਘੱਟੋ ਘੱਟ ਉਹ ਹੱਲ ਹੋ ਗਿਆ ਇਸ ਹਿਸਾਬ ਨਾਲ। ਤੇ ਮੈਂ ਸੱਚੀ ਮੁੱਚੀ ਆਪਣੇ ਵੱਲੋਂ ਅਦਾਰਾ ਚੰਨ ਪਰਦੇਸੀ ਵੱਲੋਂ ਦੇਸ਼ ਵਿਦੇਸ਼ ਵਿੱਚ ਜੁੜੇ ਹੋਏ ਸੂਝਵਾਨ ਸਰੋਤਿਆਂ ਦੀ ਤਰਫੋਂ, ਲਾਲਪੁਰ ਸਾਹਿਬ ਤੁਹਾਡਾ ਰਿਣੀ ਹੈ ਸੱਚੀ ਮੁੱਚੀ, ਤੁਸੀਂ ਇੱਕ ਸੱਚਾਈ ਦੀ ਧਰਾਤਲ ਦੇ ਉੱਪਰ ਇੱਕ ਬਹੁਤ ਵੱਖਰੀ ਕਿਸਮ ਦਾ ਆਪਣਾ ਜਿਹੜਾ ਦ੍ਰਿਸ਼ਟੀਕੋਣ ਆ ਔਰ ਜਿਹਦੇ ਵਿੱਚ ਸੱਚ ਹੈ ਉਹ ਸਾਰੀਆਂ ਗੱਲਾਂ ਦੇ ਨਾਲ ਉਹ ਨਜ਼ਰ ਆਉਂਦਾ। ਮੈਂ ਸ਼ੁਕਰਗੁਜ਼ਾਰ ਹਾਂ ਤੁਹਾਡਾ ਸਮਾਂ ਦੇਣ ਵਾਸਤੇ ਜੀ। ਮਾਨ ਸਾਹਿਬ ਅਰਦਾਸ ਹੈ ਗੁਰੂ ਅੱਗੇ, ਅਸੀਂ ਸਾਰੇ ਮਿਲ ਕੇ ਇਹ ਜਿਹੜਾ ਗੁਰੂ ਦਾ ਪੰਥ ਹੈ ਨਾ ਇਹਨੂੰ ਅੱਗੇ ਵਧਾਈਏ। ਇਹ ਪੰਥ ਹੀ ਦੁਨੀਆਂ ਦਾ ਲੇਟੈਸਟ ਵਰਸ਼ਨ ਆਫ ਰਿਲੀਜਨ ਹੈ ਜਿਹੜਾ ਪ੍ਰੇਮ ਦਾ ਮਾਰਗ ਹੈ, ਤੇ ਪ੍ਰੇਮ ਜਿਹੜਾ ਨਾ ਸਾਥ ਕਹੋ ਸੁਣ ਲੈ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਭਰਾ ਪਾਇਓ। ਪਹਿਲਾਂ ਆਪਸ ਦੇ ਵਿੱਚ ਆਪਣੇ ਭਰਾ ਭੈਣ ਸਭ ਇਕੱਠੇ ਹੋਈਏ, ਇੱਕ ਦੂਜੇ ਨੂੰ ਨਫ਼ਰਤ ਨਾ ਕਰੀਏ ਪਿਆਰ ਕਰੀਏ, ਤੇ ਫੇਰ ਇਕੱਠੇ ਹੋ ਕੇ ਗੁਰੂ ਦੇ ਮਾਰਗ ਤੇ ਚੱਲ ਕੇ ਕੰਮ ਕਰੀਏ। ਤੇ ਗੁਰੂ ਨੇ ਤਾਂ ਸਾਨੂੰ ਰਾਜ ਦਿੱਤਾ ਹੋਇਆ, ਸਭ ਰਾਜ ਸ੍ਰਿਸ਼ਟ ਕਾ ਲੇ, ਹਾਂਜੀ ਤੁਸੀਂ ਸਾਰੀ ਦੁਨੀਆਂ ਚ ਰਾਜ ਕਰਨਾ ਉਸ ਪਾਸੇ ਤੁਰੋ। ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ ਜੀ। ਦੋਸਤੋ ਇਹ ਸਨ ਸਾਡੇ ਨਾਲ ਜੁੜੇ ਹੋਏ ਸਰ ਇਕਬਾਲ ਸਿੰਘ ਲਾਲਪੁਰਾ ਸਾਹਿਬ, ਜਿਨ੍ਹਾਂ ਨੇ ਮੈਂ ਸਮਝਦਾ ਵੀ ਆਪਣੇ ਪਰਸਨਲ ਗੱਲਾਂ ਨਾਲ ਵੀ ਸਾਂਝਿਆਂ ਕਰਕੇ ਇੱਕ ਬਹੁਤ ਵਧੀਆ ਕਿਸਮ ਦਾ ਨਜ਼ਰੀਆ ਜਿਹੜਾ ਹੈਗਾ ਸਾਡੇ ਸਾਹਮਣੇ ਆਇਆ। ਸੋ ਮੇਰੀ ਹਮੇਸ਼ਾ ਹੀ ਹੁੰਦੀ ਹੈ ਕਿ ਆਪਣੇ ਖਿਆਲ ਜਾਤ ਜਿਹੜੇ ਹੈਗੇ ਆ ਸਾਡੇ ਨਾਲ ਸਾਂਝੇ ਕਰਦੇ ਰਿਹਾ ਕਰੋ। ਇਹਦਾ ਜਿਹੜਾ ਜਿਹੜਾ ਲਿੰਕ ਹੈ ਉਹ ਮੈਂ ਆਪਣੀ ਫੇਸਬੁੱਕ ਦੇ ਉੱਪਰ ਅਗਲੇ ਦਿਨ ਪਾ ਦਿੰਦਾ ਹੁੰਦਾ, ਕਿਸੇ ਨੂੰ ਉਚੇਚੇ ਤੌਰ ਦੇ ਉੱਪਰ ਚਾਹੀਦਾ ਹੋਵੇ ਤੇ ਜੇ ਉਹ ਮੈਨੂੰ ਰਿਕੁਐਸਟ ਆਜੂਗੀ ਤੇ ਉਹ ਵੀ ਭੇਜ ਸਕਾਂਗੇ। ਤੋ ਅੱਜ ਇੰਨਾ ਹੀ ਮਨਜ਼ੂਰ ਕਰਨਾ, ਮੇਰੇ ਅਗਲੇ ਸਾਥੀ ਜਿਹੜੇ ਹੈਗੇ ਨੇ ਮਾਈਕ੍ਰੋਫੋਨ ਲੈ ਕੇ ਤਿਆਰ ਨੇ,
ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਜੁੜੀਏ। ਮੈਨੂੰ ਇੱਥੇ ਹੀ ਆ ਗਿਆ ਜੀ, ਬਹੁਤ ਮਿਹਰਬਾਨੀ ਜੀ, ਸ਼ੁਕਰੀਆ ਜੀ। ਅਗਲੇ ਪ੍ਰੋਗਰਾਮ ਦੀ ਦਾਅਵਤ ਦਿੰਦਾ ਹੋਇਆ ਇਜਾਜ਼ਤ ਚਾਹਵਾਂਗਾ। ਸ਼ੁਕਰੀਆ ਜੀ, ਰੱਬ ਰਾਖਾ ਜੀ।